ਮੈਂ ਹਰਮਿੰਦਰ ਸਿੰਘ ਬਸਰਾ ਨਵਰੰਗ ਚੈਨਲ ਲਈ ਅਸੀਂ ਤੁਹਾਡੇ ਲਈ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਗਰਾਮ ਹਮੇਸ਼ਾ ਲੈ ਕੇ ਆਉਂਦੇ ਰਹਿੰਦੇ ਹਾਂ ਜਿਹਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਹੈਲਪ ਚਾਹੀਦੀ ਹੋਵੇ ਜਾਂ ਕਿਸੇ ਤਰ੍ਹਾਂ ਦੇ ਸੁਝਾਅ ਚਾਹੀਦੇ ਹੋਣ ਜਾਂ ਕਿਸੇ ਵੀ ਤਰ੍ਹਾਂ ਦੀ ਨੌਲੇਜ ਚਾਹੀਦੀ ਹੋਵੇ ਇਸ ਤਰ੍ਹਾਂ ਦੇ ਅਲੱਗ ਅਲੱਗ ਪ੍ਰੋਗਰਾਮ ਅਸੀਂ ਅਲੱਗ ਅਲੱਗ ਸਮੇਂ ਉੱਤੇ ਆਪਣੇ ਚੈਨਲ ਦੇ ਉੱਤੇ ਉਹ ਦਿੰਦੇ ਰਹਿੰਦੇ ਹਾਂ ਜਿਸ ਦੇ ਤਹਿਤ ਹੀ ਬਹੁਤ ਸਾਰੇ ਲੋਕਾਂ ਨਾਲ ਸਾਡੀ ਗੱਲਬਾਤ ਹੁੰਦੀ ਰਹਿੰਦੀ ਸੀ ਜਿਨ੍ਹਾਂ ਨੇ ਸਾਨੂੰ ਸੁਝਾਅ ਦਿੱਤੇ ਕਿ ਬਈ ਲੋਕਾਂ ਦੀ ਇਸਟਮ ਸਭ ਨੂੰ ਵੱਧ ਜਿਹੜੀ ਹੈ ਡਿਸਕਸ਼ਨ ਚੱਲਦੀ ਹੈ ਪਬਲਿਕ ਦੇ ਵਿੱਚ ਜਾਂ ਗੱਲਾਂ ਬਾਤਾਂ ਚੱਲਦੀਆਂ ਉਹ ਟੈਕਸ ਨਾਲ ਰਿਲੇਟਡ ਨੇ ਟੈਕਸ ਬਹੁਤ ਤਰ੍ਹਾਂ ਦੇ ਹੁੰਦੇ ਨੇ ਸੋਚ ਸੀਗੀ ਜਿਹੜੀ ਲੋਕਾਂ ਦੀ ਉਹਨਾਂ ਦੇ ਮਨ ਦੇ ਵਿੱਚੋਂ ਉਸ ਚੀਜ਼ ਨੂੰ ਕੱਢਣ ਦੇ ਲਈ ਅਸੀਂ ਇੱਕ ਪ੍ਰੋਗਰਾਮ ਤੁਹਾਡੇ ਲਈ ਨਵਾਂ ਲੈ ਕੇ ਆਏ ਹਾਂ ਟੀ ਓ ਟੀ ਦਾ ਮਤਲਬ ਹੈ ਟਾਕ ਔਨ ਟੈਕਸ ਟੈਕਸ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਚੁੱਕਾ ਆ ਹਰ ਚੀਜ਼ ਦੇ ਉੱਤੇ ਹਰ ਲੋੜ ਹਰ ਟਾਈਮ ਆਪਾਂ ਨੂੰ ਟੈਕਸ ਦੇਣਾ ਪੈਂਦਾ ਰਿਟਰਨ ਦੀ ਲੋੜ ਪੈਂਦੀ ਆ ਜਿਸ ਲਈ ਸਾਨੂੰ ਲੱਗਾ ਕਿ ਸਾਡੇ ਲਈ ਇਹ ਸਾਰੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਸਾਡੇ ਕੋਲ ਇੱਕ ਬਿਹਤਰ ਸ਼ਹਿਰ ਦੀ ਪਰਸਨੈਲਿਟੀ ਮਿਸਟਰ ਮੁਕੇਸ਼ ਗੇਰਾ ਜੀ ਜੋ ਕਿ ਚਾਰਟਰਡ ਅਕਾਊਂਟੈਂਟ ਨੇ ਤੁਹਾਡੀਆਂ ਜਿੰਨੀਆਂ ਵੀ ਤੁਸੀਂ ਸਾਨੂੰ ਕੁਐਸਚਨ ਭੇਜੋਗੇ ਉਹ ਜਾਂ ਜਿਹੜੇ ਤੁਸੀਂ ਸਾਡੇ ਨਾਲ ਟੱਚ ਕਰਕੇ ਸਾਨੂੰ ਦੱਸੋਗੇ ਉਹਨਾਂ ਦੇ ਟਾਈਮ ਟੂ ਟਾਈਮ ਹਰੇਕ ਜਿਹੜੇ ਆ ਵੀਕ ਤੁਹਾਨੂੰ ਉਹਨਾਂ ਦੇ ਇਹ ਆਨਸਰ ਆ ਉਹ ਦਿੰਦੇ ਰਿਹਾ ਕਰਨਗੇ ਸਵਾਗਤ ਹੈ ਮੁਕੇਸ਼ ਜੀ ਤੁਹਾਡਾ ਸਾਡੇ ਸਟੂਡੀਓ ਵਿੱਚ ਆਉਣ 'ਤੇ ਧੰਨਵਾਦ ਤੁਹਾਡਾ ਜੀ ਔਰ ਸਾਰੇ ਸਰੋਤਿਆਂ ਨੂੰ ਨਮਸਤੇ ਮੇਰੇ ਵੱਲੋਂ ਔਰ ਪਿਆਰ ਭਰਿਆ ਪਿਆਰ ਔਰ ਸਤਿ ਸ਼੍ਰੀ ਅਕਾਲ ਔਰ ਜੋ ਵੀ ਤੁਹਾਡੀਆਂ ਪ੍ਰੋਬਲਮਸ ਹੈ ਇਨਕਮ ਟੈਕਸ ਦੇ ਰਿਲੇਟਡ ਉਹ ਸਾਰੀਆਂ ਸੋਲਵ ਕੀਤੀਆਂ ਜਾਣਗੀਆਂ ਇੱਥੇ ਪਲੱਸ ਤੁਹਾਨੂੰ ਦੱਸਿਆ ਜਾਏਗਾ ਕਿ ਕਿਸ ਤਰ੍ਹਾਂ ਆਪਾਂ ਟੈਕਸ ਪਲੈਨਿੰਗ ਕਰ ਸਕਦੇ ਹਾਂ ਔਰ ਜੋ ਵੀ ਤੁਹਾਡੇ ਕੁਐਸਚਨਸ ਆ ਉਹਨਾਂ ਦੇ ਆਨਸਰ ਦਿੱਤੇ ਜਾਣਗੇ ਜਿੱਥੇ ਤੱਕ ਹੋ ਸਕਦਾ ਅਗਰ ਮੈਂ ਗੱਲ ਕਰਾਂ ਤਾਂ ਬਹੁਤ ਸਾਰੇ ਟੈਕਸ ਆ ਹੁਣ ਤਾਂ ਆ ਗਏ ਆ ਜੇ ਨਾਮ ਲੈਣ ਲੱਗੇ ਸ਼ਾਇਦ ਬਹੁਤ ਜ਼ਿਆਦਾ ਹੋ ਜਾਂਦੇ ਆ ਅਤੇ ਪਰ ਸਭ ਨਾਲੋਂ ਜ਼ਿਆਦਾ ਜਿਹੜਾ ਪਹਿਲੀ ਸਟੇਜ ਦੇ ਉੱਤੇ ਹਰ ਇੱਕ ਬੰਦੇ ਨੂੰ ਜੇ ਟੈਕਸ ਦੇ ਬਾਰੇ ਕਿਸੇ ਨੂੰ ਪੁੱਛਿਆ ਜਾਵੇ ਕੀਤਾ ਜਾਵੇ ਬੇਸ਼ੱਕ ਉਹ ਅਨਪੜ੍ਹ ਹੋਵੇ ਕਿਸੇ ਚੀਜ਼ ਨਾਲ ਲੈਣਾ ਦੇਣਾ ਲੇਕਿਨ ਉਹ ਇਨਕਮ ਟੈਕਸ ਸਭ ਨੂੰ ਪਹਿਲਾਂ ਉਹਦੇ ਮਨ ਦੇ ਵਿੱਚ ਆਉਂਦਾ ਇਹ ਜਿਹੜਾ ਇਨਕਮ ਟੈਕਸ ਅਗਰ ਆਪਾਂ ਇਹਦੀ ਗੱਲ ਕਰੀਏ ਇਹ ਇਨਕਮ ਟੈਕਸ ਹੈ ਕੀ ਆ ਇਨਕਮ ਟੈਕਸ ਨੋਰਮਲੀ ਸਾਡੀ ਇਨਕਮ ਦੇ ਉੱਪਰ ਆ ਜੋ ਵੀ ਅਸੀਂ ਇਨਕਮ ਅਰਨ ਕਰਦੇ ਹਾਂ ਉਹਦੇ ਉੱਪਰ ਟੈਕਸ ਆ ਗੌਰਮੈਂਟ ਵੱਲੋਂ ਸੈਂਟਰਲ ਗੌਰਮੈਂਟ ਵੱਲੋਂ ਲਗਾਇਆ ਜਾਂਦਾ ਆ ਡਿਫਰੈਂਟ ਡਿਫਰੈਂਟ ਇਹਦੀਆਂ ਡੈਫੀਨੇਸ਼ਨਸ ਆ ਡਿਫਰੈਂਟ ਡਿਫਰੈਂਟ ਇਨਕਮਸ ਆ ਕੋਈ ਸੈਲਰਾਈਡ ਆ ਕੋਈ ਬਿਜ਼ਨਸ ਆ ਪ੍ਰੋਫੈਸ਼ਨਲ ਆ ਆਪਣਾ ਇਨਕਮ ਫਰੋਮ ਅਦਰ ਸੋਰਸਿਸ ਹੈ ਇੰਟਰਸਟ ਫਰੋਮ ਐਫ ਡੀ ਹੈ ਰੈਂਟ ਹੈ ਡਿਫਰੈਂਟ ਡਿਫਰੈਂਟ ਕੈਟਾਗਰੀਸ ਆ ਡਿਫਰੈਂਟ ਡਿਫਰੈਂਟ ਟੈਕਸ ਆ ਔਰ ਡਿਫਰੈਂਟ ਡਿਫਰੈਂਟ ਇਹਦੀ ਟੈਕਸ ਕੈਲਕੂਲੇਸ਼ਨਸ ਆ ਅਗਰ ਆਪਾਂ ਗੱਲ ਕਰਦੇ ਇਨਕਮ ਟੈਕਸ ਦੀ ਉਹਦੇ ਵਿੱਚ ਤੁਸੀਂ ਕੈਟਾਗਰੀਜ਼ ਦੱਸੀਆਂ ਬਿਜ਼ਨਸ ਦੀਆਂ ਜੋਬਸ ਆ ਜਾਂ ਐਗਰੀਕਲਚਰ ਆ ਇਹਨਾਂ ਦੇ ਵਿੱਚ ਕੀ ਫਰਕ ਹੁੰਦਾ ਕਿ ਅਗਰ ਕੋਈ ਬਿਜ਼ਨਸਮੈਨ ਆ ਜਾਂ ਕੋਈ ਜੋਬ ਕਰਦਾ ਆ ਉਹਦੇ ਵਿੱਚ ਟੈਕਸ ਦੀ ਜਿਹੜੀ ਆ ਸਲੈਬਸ ਆ ਉਹਨਾਂ ਦਾ ਕੋਈ ਫਰਕ ਹੁੰਦਾ ਜਾਂ ਐਗਰੀਕਲਚਰ ਲਈ ਟੈਕਸ ਦਾ ਸਲੈਬ ਦਾ ਫਰਕ ਹੁੰਦਾ ਕੀ ਫਰਕ ਹੁੰਦਾ ਉਹਨਾਂ ਦਾ ਦੇਖੋ ਇਸ ਤਰ੍ਹਾਂ ਆ ਜੇ ਆਪਾਂ ਸਟਾਰਟਿੰਗ ਕਰੀਏ ਤਾਂ ਸਭ ਤੋਂ ਪਹਿਲਾਂ ਜੋ ਹੈ ਇੱਕ ਸੈਲਰੀ ਕਲਾਸ ਆਉਂਦੀ ਹੈ ਨੀਅਰ ਅਬਾਊਟ ਸਾਡੇ ਜਿਹੜੇ ਆ 10% ਜਿਹੜੇ ਨੀਅਰ ਅਬਾਊਟ ਰਿਟਰਨ ਫਾਈਲ ਕਰਦੇ ਆ ਉਹ ਸੈਲਰੀ ਕਲਾਸ 'ਚ ਆ ਸੈਲਰੀ ਗੌਰਮੈਂਟ ਵੀ ਹੋ ਸਕਦੀ ਪ੍ਰਾਈਵੇਟ ਵੀ ਹੋ ਸਕਦੀ ਹੈ ਨੋਰਮਲੀ ਜਿਹੜੀ ਸੈਲਰੀ ਆ ਜੋ 2019-20 ਦਾ ਆਪਣਾ ਬਜਟ ਆਇਆ ਉਹਦੇ ਵਿੱਚ 2,50,000 ਤੱਕ ਨਹੀਂ ਲਿਆ ਉਸ ਤੋਂ ਬਾਅਦ ਟੈਕਸ ਲੈਬ ਹੈ ਲੇਕਿਨ ਅੰਡਰ ਸੈਕਸ਼ਨ 87A ਹੈ ਜਿਹਦੇ ਵਿੱਚ 12,500 ਦੀ ਅਡੀਸ਼ਨਲ ਸਾਨੂੰ ਰਿਬੇਟ ਦਿੱਤੀ ਗਈ ਹੈ ਜਿਹਦੇ ਕਰਕੇ 5,00,000 ਤੱਕ ਨੇਲ ਹੋ ਜਾਂਦੀ ਹੈ ਔਰ ਇਸੇ ਤਰ੍ਹਾਂ ਡਿਫਰੈਂਟ ਡਿਫਰੈਂਟ ਪ੍ਰੋਵੀਜ਼ਨਸ ਆ ਉਸ ਤੋਂ ਬਾਅਦ ਇਨਕਮ ਫਰੋਮ ਹਾਊਸ ਪ੍ਰੋਪਰਟੀ ਆ ਜਾਂਦੀ ਹੈ ਤੁਹਾਡੀ ਰੈਂਟਲ ਇਨਕਮ ਆ ਜਾਂ ਤੁਸੀਂ ਕਿਸੇ ਨੂੰ ਬਿਜ਼ਨਸ ਪ੍ਰੈਮਿਸਿਸ ਦਿੱਤਾ ਹੋਇਆ ਹੈ ਉਹ ਸਾਰੀ ਇਨਕਮ ਫਰੋਮ ਹਾਊਸ ਪ੍ਰੋਪਰਟੀ 'ਚ ਆ ਉਸ ਤੋਂ ਬਾਅਦ ਬਿਜ਼ਨਸ ਆ ਜਾਂਦਾ ਬਿਜ਼ਨਸ ਦੇ ਵਿੱਚ ਨੀਅਰ ਅਬਾਊਟ ਆਪਾਂ ਕਹਿ ਲਈਏ ਜਿੱਦਾਂ ਰਿਲਾਇੰਸ ਗਰੁੱਪ ਹੋ ਗਿਆ ਜਾਂ ਆਪਣਾ ਏਅਰਟੈਲ ਗਰੁੱਪ ਹੈ ਕੋਈ ਵੀ ਹੈ ਛੋਟਾ ਬਿਜ਼ਨਸਮੈਨ ਹੈ ਬੜਾ ਬਿਜ਼ਨਸਮੈਨ ਹੈ ਉਸਦੀ ਰਿਟਰਨ ਆ ਜਾਂਦੀ ਉਸ ਤੋਂ ਬਾਅਦ ਪ੍ਰੋਫੈਸ਼ਨਸ ਆ ਜਾਂਦੇ ਡਾਕਟਰ ਲਾਇਰ CA ਜਾਂ ਆਰਟਿਸਟ ਆ ਜਾਂਦੇ ਆ ਉਹਨਾਂ ਦੀ ਟੈਕਸੇਬਲ ਆ ਜਾਂਦੀ ਹੈ ਦੈਨ ਉਸ ਤੋਂ ਬਾਅਦ ਹੈ ਆਪਣਾ ਕੰਪਨੀਸ ਆ ਜਾਂਦੀਆਂ ਲਿਮਿਟਡ ਕੰਪਨੀਜ਼ ਬੜੀਆਂ ਬੜੀਆਂ ਉਸ ਤੋਂ ਬਾਅਦ ਆਪਾਂ ਨੂੰ ਰੈਂਟ ਇਨਕਮ ਆ ਸਕਦੀ ਹੈ ਦੈਨ ਆਪਣੀ ਇਨਕਮ ਫਰੋਮ ਅਦਰ ਸੋਰਸਿਸ ਨੋਰਮਲੀ ਇਹਦੇ ਵਿੱਚ ਕੀ ਆ ਆਪਣੀ FD ਆ FD ਦੇ ਉੱਪਰ ਵਿਆਜ ਆ ਰਿਹਾ ਆ ਉਹ ਵੀ ਸਾਡੀ ਇਨਕਮ ਆ ਜਾਂ ਸਾਨੂੰ ਕੋਈ ਕਮਿਸ਼ਨ ਆ ਰਹੀ ਹੈ ਸੋ ਡਿਫਰੈਂਟ ਡਿਫਰੈਂਟ ਟੈਕਸੇਬਿਲਟੀ ਹੈ ਇਹਦੀ ਇਹ ਤਾਂ ਹੋ ਗਈ ਮੈਂ ਇਹ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਕਿ ਜਿਹੜੇ ਸਲੈਬ ਆ ਉਹ ਬਿਜ਼ਨਸਮੈਨ ਜਾਂ ਸੈਲਰੀ ਪਰਸਨ ਆ ਜਿਹੜਾ ਉਹ ਹੋ ਗਿਆ ਜਾਂ ਲਿਮਿਟਡ ਕੰਪਨੀਜ਼ ਆ ਸਲੈਬ ਸਾਰਿਆਂ ਦੇ ਇੱਕੋ ਜਿਹੇ ਆ ਜਾਂ ਇਹਨਾਂ ਦੇ ਵਿੱਚ ਵੀ ਟੈਕਸ ਕਿਸੇ 'ਤੇ ਘੱਟ ਲੱਗਦਾ ਕਿਸੇ 'ਤੇ ਵੱਧ ਲੱਗਦਾ ਇੱਦਾਂ ਵੀ ਕੁਛ ਹੈ ਨਹੀਂ ਹੈ ਇਸ ਤਰ੍ਹਾਂ ਬਿਲਕੁਲ ਹੈ ਜੀ ਜਿਹੜਾ ਇੰਡੀਵਿਜੁਅਲ ਆ ਉਹਨੂੰ ਨੀਅਰ ਅਬਾਊਟ 2,50,000 ਤੱਕ ਰਿਬੇਟ ਹੈਗੀ ਆ
ਉਸ ਤੋਂ ਬਾਅਦ ਉਹਦੀ ਟੈਕਸ ਕੈਲਕੂਲੇਸ਼ਨ ਕੀਤੀ ਜਾਂਦੀ ਹੈ। 5 ਲੱਖ ਤੱਕ ਜਿਹੜੀ ਟੈਕਸ ਕੈਲਕੂਲੇਸ਼ਨ ਹੈ ਅੰਡਰ ਸੈਕਸ਼ਨ 87A ਦਾ ਉਹਨੂੰ ਰਿਬੇਟ ਮਿਲਦਾ 12,500 ਦਾ, ਇਸ ਕਰਕੇ 5 ਲੱਖ ਤੱਕ ਨਹੀਂ ਲਿਆ। ਜਿਹੜਾ ਬਿਜ਼ਨਸਮੈਨ ਹੈ ਉਹਦੀ ਵੀ ਸੇਮ ਕੈਲਕੂਲੇਸ਼ਨਸ ਆ, ਲੇਕਿਨ ਜਿਹੜਾ ਸੈਲਰੀ ਆ ਉਹਨੂੰ 40,000 ਦੀ ਇਸ ਵਾਰ ਬਜਟ ਦੇ ਵਿੱਚ ਸਟੈਂਡਰਡ ਡਿਡਕਸ਼ਨ ਦਿੱਤੀ ਗਈ ਹੈ, ਜੋ ਕਿ ਪਹਿਲਾਂ ਉਹਦੇ ਕੋਲ ਅਵੇਲੇਬਲ ਨਹੀਂ ਸੀਗੀ। ਉਹ ਹੁਣ 50,000 ਹੋ ਗਈ ਹੈ 2019-20 ਫਾਈਨੈਂਸ਼ੀਅਲ ਈਅਰ ਲਈ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸੀਨੀਅਰ ਸਿਟੀਜ਼ਨ ਦੇ ਲਈ, ਉਹਨਾਂ ਨੂੰ 50,000 ਤੱਕ ਦਾ ਇੰਟਰਸਟ ਜਿਹੜਾ ਹੈ ਉਹ ਮਾਫ਼ ਆ। ਔਰ ਉਸ ਤੋਂ ਬਾਅਦ ਜੇ ਅਸੀਂ ਕੰਪਨੀ ਦੀ ਗੱਲ ਕਰੀਏ, ਉਹਨਾਂ ਨੂੰ ਸਟੇਟ ਰੇਟ 30% ਜਾਂ 35% ਜੋ ਜਿਸ ਕੈਟਾਗਰੀ 'ਚੋਂ ਆਉਂਦੇ ਆ ਟੈਕਸੇਬਲ ਆ। ਅਗਰ ਤੁਸੀਂ ਹੁਣ ਗੱਲ ਕਰਦੇ ਸੀ ਕਿ 2.5 ਲੱਖ ਤੋਂ ਬਾਅਦ ਵੀ ਅਗਰ ਉਹ ਰਿਟਰਨ ਭਰ ਕੇ ਆਪਣੀ 5 ਲੱਖ ਤੱਕ ਰਿਬੇਟ ਲੈ ਸਕਦੇ ਹਾਂ, ਹੁਣ ਤਾਜ਼ਾ ਹੀ ਜਿਹੜਾ ਬਜਟ ਪੇਸ਼ ਹੋਇਆ ਉਹਦੇ ਵਿੱਚ 5 ਲੱਖ ਤੱਕ ਦੀ ਰਿਬੇਟ ਦੀ ਗੱਲ ਹੁੰਦੀ ਆ। ਬਹੁਤ ਸਾਰੇ ਲੋਕ ਕਹਿੰਦੇ ਆ ਕਿ ਅਗਰ ਸਾਡੀ 4-4.5 ਲੱਖ ਜਾਂ ਪੌਣੇ 5 ਲੱਖ ਇਨਕਮ ਆ, ਸਾਨੂੰ ਰਿਟਰਨ ਭਰਨ ਦੀ ਜ਼ਰੂਰਤ ਨਹੀਂ ਹੈਗੀ। ਕੀ ਸੱਚੀ ਉਹਨਾਂ ਨੂੰ ਜ਼ਰੂਰਤ ਨਹੀਂ ਹੈਗੀ ਜਾਂ ਉਹਨਾਂ ਨੂੰ ਭਰਨੀ ਚਾਹੀਦੀ ਆ, ਇਹਦੇ ਬਾਰੇ ਤੁਸੀਂ ਕੀ ਐਡਵਾਈਸ ਦਿੰਦੇ ਸਾਡੇ ਦਰਸ਼ਕਾਂ ਨੂੰ? ਦੇਖੋ, ਇਸ ਤਰ੍ਹਾਂ ਹੈ, ਜੇ 2.5 ਲੱਖ ਤੋਂ ਨੀਚੇ ਇਨਕਮ ਹੈ ਦੈਨ ਰਿਟਰਨ ਫਾਈਲ ਕਰਨ ਦੀ ਲੋੜ ਨਹੀਂ ਹੈ ਉਸਨੂੰ, ਲੇਕਿਨ ਜੇ 2.5 ਲੱਖ ਤੋਂ ਉੱਪਰ ਆ ਦੈਨ ਉਹ ਰਿਟਰਨ ਫਾਈਲ ਕਰੇਗਾ, 87A 'ਚ ਆਪਣੀ ਡਿਡਕਸ਼ਨ ਕਲੇਮ ਕਰੇਗਾ। ਔਰ ਇਹ ਨਹੀਂ ਹੈ 5 ਲੱਖ ਤੱਕ ਟੈਕਸ ਨਹੀਂ ਹੈ, ਲੇਕਿਨ ਰਿਟਰਨ ਫਾਈਲ ਕਰਨਾ ਜ਼ਰੂਰੀ ਉਹਦੇ ਲਈ 2.5 ਲੱਖ ਤੋਂ ਉੱਪਰ। ਔਰ ਦੂਸਰੀ ਕੰਡੀਸ਼ਨ ਇਹ ਹੋ ਜਾਂਦੀ ਹੈ, ਕਿਸੇ ਵੇਲੇ ਮੇਰਾ TDS ਕੱਟ ਹੋਇਆ ਹੁੰਦਾ, ਮੇਰੀ ਇਨਕਮ ਮੰਨ ਲਓ 2 ਲੱਖ ਹੀ ਹੈ, ਲੇਕਿਨ TDS ਮੇਰਾ ਕੱਟ ਹੋਇਆ, ਉਸ ਕੰਡੀਸ਼ਨ ਦੇ ਵਿੱਚ ਰਿਫੰਡ ਲੈਣ ਲਈ ਮੈਨੂੰ ਰਿਟਰਨ ਫਾਈਲ ਕਰਨੀ ਪਏਗੀ। ਔਰ ਫੰਡ ਦੀ ਜਿਹੜੀ ਰਿਟਰਨ ਹੈ ਉਹ ਹਮੇਸ਼ਾ ਔਨਲਾਈਨ ਫਾਈਲ ਹੋਏਗੀ, ਉਹ ਡਿਪਾਰਟਮੈਂਟ 'ਚ ਡਿਪੋਜ਼ਿਟ ਨਹੀਂ ਹੋਏਗੀ, ਔਨਲਾਈਨ ਫਾਈਲ ਹੋਏਗੀ, ਔਨਲਾਈਨ ਪ੍ਰੋਸੈਸ ਹੋਏਗੀ ਔਰ ਔਨਲਾਈਨ ਹੀ ਉਹਨਾਂ ਦੇ ਅਕਾਊਂਟ 'ਚ ਪੈਸੇ ਆਉਣਗੇ। ਅਗਰ ਗੱਲ ਕਰਦੇ ਹਾਂ ਰਿਟਰਨ ਭਰਨ ਦੀ, ਆਮ ਬੰਦਾ ਜਿਹੜਾ ਆ ਉਹ ਡਰਦਾ ਰਹਿੰਦਾ ਕਿ ਰਿਟਰਨ ਬਹੁਤ ਜ਼ਿਆਦਾ ਪੰਗੇ ਹੋਣੇ ਆ, ਕਿੱਥੋਂ ਪੇਪਰ ਇਕੱਠੇ ਕਰਕੇ ਲਿਆਊਂਗਾ। ਜਿਹੜੀ ਰਿਟਰਨ ਭਰਨੀ ਆ, ਰਿਟਰਨ ਭਰਨ ਵੇਲੇ ਕਿਹੜੀ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ, ਇਹ ਕਿੰਨਾ ਕੁ ਸਰਲ ਤਰੀਕਾ ਆ ਕਿ ਆਪਾਂ ਰਿਟਰਨ ਆਪਣੀ ਇਨਕਮ ਟੈਕਸ ਦੀ ਭਰ ਸਕਦੇ ਹਾਂ? ਦੇਖੋ, ਰਿਟਰਨ ਭਰਨਾ ਕੋਈ ਮੁਸ਼ਕਿਲ ਨਹੀਂ ਹੈ, ਨਾ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਹੈ, ਕਿਉਂਕਿ ਤੁਹਾਡੀ ਜਿੰਨੀ ਵੀ ਇਨਕਮ ਦੀ ਸਲੈਬਸ ਹੈ ਆਲਰੇਡੀ ਨੀਅਰ ਅਬਾਊਟ ਗੌਰਮੈਂਟ ਕੋਲ ਉਹਦੀ ਇਨਫੋਰਮੇਸ਼ਨ ਹੁੰਦੀ ਹੈ, ਹਰ ਇੱਕ ਚੀਜ਼ ਉਹਦੇ ਕੋਲ ਹੈ ਗੌਰਮੈਂਟ ਕੋਲ। ਰਿਟਰਨ ਭਰਨ ਲਈ ਜੋ ਇੱਕ ਬੇਸਿਕ ਰਿਕੁਆਇਰਮੈਂਟ ਹੈ ਸਾਡੇ ਲਈ, ਪੈਨ ਕਾਰਡ, ਉਸ ਤੋਂ ਬਾਅਦ ਆਧਾਰ ਕਾਰਡ, ਦੈਨ ਬੈਂਕ ਸਟੇਟਮੈਂਟ ਤੁਹਾਡੀ ਹੋਣੀ ਚਾਹੀਦੀ ਹੈ। ਅਗਰ ਤੁਸੀਂ ਬਿਜ਼ਨਸਮੈਨ ਹੈ, ਤੁਹਾਡਾ ਅਕਾਊਂਟੈਂਟ ਤੁਹਾਡਾ ਰਿਟਰਨ ਪ੍ਰਪੇਅਰ ਕਰੇਗਾ, ਪ੍ਰੋਫਿਟ ਐਂਡ ਲੋਸ ਕੌਣ ਤੁਹਾਨੂੰ ਦੇਗਾ। ਉਸ ਤੋਂ ਬਾਅਦ ਕਿਸੇ ਵੀ ਕੰਸਲਟੈਂਟ ਨਾਲ, ਐਕਸਪਰਟ ਨਾਲ ਤੁਸੀਂ ਗੱਲ ਕਰੋ, ਆਪਣੇ ਡਾਕੂਮੈਂਟਸ ਲੈ ਕੇ ਜਾਓ, ਬੈਂਕ ਸਟੇਟਮੈਂਟ ਨਾਲ ਲੈ ਕੇ ਜਾਓ, ਰਿਟਰਨ ਭਰਨ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ, ਆਪਣੀ ਇਨਕਮ ਪੂਰੀ ਦੱਸੋ, ਜੋ ਵੀ ਤੁਹਾਡੀ ਵਾਈਟ ਹੈ ਉਹ ਕਲੀਅਰ ਹੋਏਗੀ ਪੂਰੀ, ਕੋਈ ਪਿਕਚਰ ਨਹੀਂ ਹੈ, ਕੋਈ ਡਰਨ ਵਾਲੀ ਗੱਲ ਨਹੀਂ, ਕੋਈ ਟੈਨਸ਼ਨ ਨਹੀਂ ਹੈ, ਕੋਈ ਤੁਹਾਨੂੰ ਨੋਟਿਸ ਨਹੀਂ ਆਏਗਾ, ਔਰ ਰਿਟਰਨ ਆਟੋਮੈਟਿਕਲੀ ਵਿਦ ਇਨ 180 ਡੇਜ਼ ਪ੍ਰੋਸੈਸ ਹੋ ਜਾਂਦੀ ਹੈ। ਸੋ ਬੈਟਰ ਇਹ ਹੈ ਕਿ ਤੁਸੀਂ ਆਪਣੀ ਰਿਟਰਨ ਫਾਈਲ ਜ਼ਰੂਰ ਕਰੋ। ਰਿਟਰਨ ਫਾਈਲ ਕਰਨ ਲਈ ਕਈਆਂ ਦੇ ਮਨ ਦੇ ਵਿੱਚ ਇਹ ਡਰ ਹੁੰਦਾ ਕਿ ਅਗਰ ਅਸੀਂ ਇਨਕਮ ਟੈਕਸ ਇੱਕ ਵਾਰ ਦੇਣ ਲੱਗ ਪਏ ਜਾਂ ਅਸੀਂ ਰਿਟਰਨ ਭਰਨ ਲੱਗ ਪਏ ਤਾਂ ਅਸੀਂ ਡਿਪਾਰਟਮੈਂਟ ਦੇ ਸ਼ਿਕੰਜੇ ਦੇ ਵਿੱਚ ਆ ਜਾਣਾ, ਕੱਲ੍ਹ ਸਾਨੂੰ ਨੋਟਿਸ ਆਉਣਗੇ ਜਾਂ ਇੱਦਾਂ ਦਾ ਵੀ ਕੁਛ ਹੁੰਦਾ ਜੀ? ਦੇਖੋ, ਡਿਪਾਰਟਮੈਂਟ ਦੀਆਂ ਵੱਖਰੀ ਵੱਖਰੀ ਕੈਟੇਗਰੀਸ ਆ, 7 ਕੈਟੇਗਰੀਸ ਹੈਗੀਆਂ ਜਿਹਦੇ ਵਿੱਚ ਆਪਾਂ 2 ਲੱਖ ਤੋਂ ਵੱਧ ਕੋਈ ਪਰਚੇਸ ਕੀਤਾ ਜਵੈਲਰੀ, 2 ਲੱਖ ਤੋਂ ਵੱਧ ਕ੍ਰੈਡਿਟ ਕਾਰਡ ਪਰਚੇਸ ਕੀਤਾ, 10 ਲੱਖ ਤੋਂ ਬਾਅਦ ਆਪਾਂ ਕਾਰ ਪਰਚੇਸ ਕੀਤੀ ਹੈ, ਜਾਂ 2 ਲੱਖ ਤੋਂ ਬਾਅਦ ਅਸੀਂ ਕੋਈ ਏਅਰ ਫਲਾਈਟ ਕੀਤੀ ਹੈ, ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਉਹਦੀ ਹੁੰਦੀ ਹੈ। ਜੇ ਤੁਸੀਂ ਰਿਟਰਨ ਨਹੀਂ ਫਾਈਲ ਕਰਦੇ ਤਾਂ ਕੱਲ੍ਹ ਤੁਹਾਨੂੰ ਨੋਟਿਸ ਆਏਗਾ ਡੈਫੀਨੇਟਲੀ ਕਿ ਇਹ ਜਿਹੜਾ ਪੈਸਾ ਸੀ ਇਹ ਕਿੱਥੋਂ ਆਇਆ ਸੀ। ਸੋ ਬੈਟਰ ਹੈ ਕਿ ਤੁਸੀਂ ਆਪਣੀ ਰਿਟਰਨ ਫਾਈਲ ਕਰੋ ਔਰ ਟੈਨਸ਼ਨ ਫਰੀ ਰਹੋ। ਇਹ ਤਾਂ ਹੋ ਗਈ ਅਗਰ ਰਿਟਰਨ ਦੀ ਗੱਲ ਹੈ, ਨਾਲ ਰਿਟਰਨ ਭਰਨ ਤੋਂ ਪਹਿਲਾਂ ਇੱਕ ਕਿਹੜੀ ਚੀਜ਼ ਦੀ ਸਭ ਨੂੰ ਪਹਿਲਾਂ ਜ਼ਰੂਰਤ ਪੈਂਦੀ ਬੰਦੇ ਕੋਲ ਹੋਣੀ ਚਾਹੀਦੀ ਆ ਕਿ ਜਿਹਦੇ ਨਾਲ ਉਹ ਇਨਕਮ ਟੈਕਸ ਅਸੈਸੀ ਬਣ ਸਕਦਾ? ਰਿਟਰਨ ਫਾਈਲ ਕਰਨ ਤੋਂ ਪਹਿਲਾਂ ਸਭ ਨੂੰ ਪਹਿਲਾਂ ਪੈਨ ਕਾਰਡ ਅਪਲਾਈ ਕਰੋ। ਪੈਨ ਕਾਰਡ ਇੱਕ ਅਲਫਾ ਨੁਮੈਰਿਕ ਨੰਬਰ ਆ ਜੋ ਕਿ ਗੌਰਮੈਂਟ ਵੱਲੋਂ ਸਾਨੂੰ ਦਿੱਤਾ ਜਾਂਦਾ, ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਇੱਕ ID ਹੈ। ID ਨਹੀਂ, ਜਸਟ ਇੱਕ ਟੈਕਸ ID ਹੈ ਜਿਹਦੇ ਬੇਸ ਦੇ ਉੱਪਰ ਤੁਹਾਡੀ ਰਜਿਸਟ੍ਰੇਸ਼ਨ ਹੁੰਦੀ ਹੈ, ਰਿਟਰਨ ਫਾਈਲ ਹੁੰਦੀ ਹੈ, ਉਸ ਬੇਸ ਨਾਲ ਤੁਹਾਡਾ TDS ਅਟੈਚ ਹੋਏਗਾ, ਉਸੇ ਬੇਸ ਨਾਲ ਤੁਹਾਡੀ ਰਿਟਰਨ ਜਾਏਗੀ। ਔਰ ਪੈਨ ਕਾਰਡ ਅੱਜ ਕੱਲ੍ਹ ਬੜਾ ਈਜ਼ੀ ਹੈ ਬਣ ਜਾਂਦਾ, ਬੈਂਕ ਅਕਾਊਂਟ ਓਪਨ ਕਰਨ ਲਈ ਵੀ ਤੁਹਾਨੂੰ ਪੈਨ ਕਾਰਡ ਚਾਹੀਦਾ ਹੈ। ਔਰ ਪੈਨ ਕਾਰਡ ਦੀ ਜਿਹੜਾ ਬੇਸਿਕ ਰਿਕੁਆਇਰਮੈਂਟ ਹੈ ਉਹ ਹੈ ਆਧਾਰ ਕਾਰਡ, ਜਿਹਦੇ ਕੋਲ ਆਧਾਰ ਕਾਰਡ ਨਹੀਂ ਹੈ ਉਹਦਾ ਪੈਨ ਕਾਰਡ ਨਹੀਂ ਬਣੇਗਾ। ਅਗਰ ਆਧਾਰ ਕਾਰਡ ਨਹੀਂ ਹੋਵੇ ਉਸ ਕੋਲ ਪਾਸਪੋਰਟ ਹੋਵੇ ਫਿਰ? ਪਾਸਪੋਰਟ ਵੀ ਹੋਵੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ, ਲੇਕਿਨ ਆਧਾਰ ਕਾਰਡ ਤੋਂ ਬਗੈਰ ਨਹੀਂ ਬਣੇਗਾ, ਕੰਪਲਸਨ। ਅੱਛਾ, ਆਧਾਰ ਕਾਰਡ ਕੰਪਲਸਰੀ ਆ, ਤਾਂ ਹੀ ਜਾ ਕੇ ਜਿਹੜਾ ਆ ਉਹ ਇਹ ਬਣ ਸਕਦਾ ਆ, ਅਤੇ ਈਜ਼ੀਲੀ ਕੋਈ ਇਹਦੀ ਪ੍ਰੋਬਲਮ ਨਹੀਂ ਹੈਗੀ? ਕੋਈ ਪ੍ਰੋਬਲਮ ਨਹੀਂ ਹੈ, ਆਮ ਤੁਸੀਂ ਬਣਾ ਸਕਦੇ ਹੋ, ਕੋਈ ਪ੍ਰੋਬਲਮ ਨਹੀਂ। ਅੱਛਾ, ਅਗਰ ਮੈਂ ਇਹ ਕਹਿੰਦਾ ਕਿ ਅਗਰ ਇਨਕਮ ਟੈਕਸ ਦੀ ਹੀ ਆਪਾਂ ਗੱਲ ਕਰੀਏ ਕਿ ਮੇਰੀ ਵਾਈਫ ਦੀ ਇਨਕਮ 2.5 ਲੱਖ ਆ, ਮੇਰੀ ਇਨਕਮ ਵੀ 2.5 ਲੱਖ ਆ, ਕੀ ਅਸੀਂ ਦੋਨੇ ਜਿਹੜੇ ਆ ਇੱਕ ਰਿਟਰਨ ਭਰ ਸਕਦੇ ਹਾਂ ਜਾਂ ਅਲੱਗ ਅਲੱਗ ਰਿਟਰਨ ਭਰਨੀ ਪਏਗੀ ਜਾਂ ਫੈਮਿਲੀ ਦੀ ਇੱਕ ਰਿਟਰਨ ਹੋ ਸਕਦੀ, ਇੱਦਾਂ ਦਾ ਕੁਛ? ਨਹੀਂ, ਇਸ ਤਰ੍ਹਾਂ ਦਾ ਕੋਈ ਨਹੀਂ ਹੈ। ਜਿਹੜਾ ਇਨਕਮ ਟੈਕਸ ਹੈ ਡਾਇਰੈਕਟ ਇਸ ਆਲਵੇਜ਼ ਟੈਕਸਡ ਔਨ ਦ ਇੰਡੀਵਿਜੁਅਲ ਬੇਸਿਸ। ਇੰਡੀਵਿਜੁਅਲ ਬੇਸ ਮੀਨ ਤੁਹਾਡੀ ਆਪਣੀ ਰਿਟਰਨ, ਤੁਹਾਡੀ ਵਾਈਫ ਦੀ ਰਿਟਰਨ, ਤੁਹਾਡੇ ਬੇਟੇ ਦੀ ਰਿਟਰਨ, ਜੋ ਵੀ ਜਿਸ 'ਤੇ ਵੀ ਇਨਕਮ 2.5 ਲੱਖ ਤੋਂ ਉੱਪਰ ਹੈ, ਡੈਟ ਇਸ ਮੈਂਡੇਟਰੀ ਆਪਣੇ ਇੰਡੀਵਿਜੁਅਲ ਬੇਸ 'ਤੇ ਪੈਨ ਲਵੇ ਔਰ ਇੰਡੀਵਿਜੁਅਲ ਬੇਸ 'ਤੇ ਰਿਟਰਨ ਆਪਣੀ ਫਾਈਲ ਕਰੇ। ਔਰ
ਫੈਮਿਲੀ ਬਿਜ਼ਨਸ ਦੇ ਵਿੱਚ ਉਹ ਜਾ ਕੇ HUF ਦੇ ਵਿੱਚ ਯੈਸ ਉੱਥੇ ਤੁਸੀਂ ਆਪਣੀ ਰਿਟਰਨ ਫਾਈਲ ਉਹਦੀ ਆਪਣੀ ਰਿਟਰਨ ਉਹ ਫਾਈਲ ਕਰ ਸਕਦੇ ਆ। ਬਹੁਤ ਸਾਰੀ ਥਾਂ ਦੇ ਉੱਤੇ ਜਦੋਂ ਆਪਾਂ ਨੂੰ ਸੈਲਰੀਜ਼ ਆਉਂਦੀਆਂ ਆ ਜਾਂ ਕਮਿਸ਼ਨ ਆਉਂਦੀ ਜਾਂ ਹੋਰ ਬਹੁਤ ਸਾਰੇ ਤਰੀਕੇ ਨਾਲ ਪੈਸੇ ਆਉਂਦੇ ਆ ਉਹ ਇੱਕ ਜਾਂ ਬੈਂਕ ਦੇ ਵਿੱਚ FD ਆ ਜਾਂ ਕੁਛ ਵੀ ਆ ਉਹ 'ਤੇ ਇੱਕ ਸ਼ਬਦ ਲਿਖਿਆ ਜਾਂਦਾ TDS ਡਿਡੈਕਟ ਹੋ ਗਿਆ ਤੁਹਾਡਾ ਜੀ, ਉਹ TDS ਕੀ ਚੀਜ਼ ਆ? TDS ਐਕਚੁਅਲੀ ਟੈਕਸ ਡਿਡੈਕਟਡ ਐਟ ਸੋਰਸ ਆ। ਜਦੋਂ ਵੀ ਕੋਈ ਗੌਰਮੈਂਟ ਸਾਨੂੰ ਜਾਂ ਇੰਸਟੀਚਿਊਟ ਕੋਈ ਸਾਨੂੰ ਇਨਕਮ ਦਿੰਦੀ ਆ ਉਹਦੇ ਉੱਪਰ ਆਪਣੇ TDS ਡਿਡੈਕਟ ਕਰ ਲੈਂਦੀ ਹੈ। ਡਿਫਰੈਂਟ ਡਿਫਰੈਂਟ ਸੈਕਸ਼ਨ ਦੇ ਅਕੋਰਡਿੰਗ ਡਿਫਰੈਂਟ ਡਿਫਰੈਂਟ ਹੈ। ਨੋਰਮਲੀ ਜਿਹੜਾ ਸੈਲਰੀ ਕਲੋਸ ਹੈਗੀ ਆ ਉਹਦਾ 192A ਸੈਕਸ਼ਨ ਹੈ ਜਿਹਦੇ ਵਿੱਚ ਆਪਣੀ ਡਿਡਕਟ ਕੀਤੀ ਜਾਂਦੀ ਹੈ। ਜੇ ਬਿਜ਼ਨਸਮੈਨ ਆ ਜਾਂ ਕੋਈ ਕਮਿਸ਼ਨ ਆਈ ਆ 94H ਹੈ, ਜੇ ਆਪਾਂ ਨੂੰ ਰੈਂਟ ਆਉਂਦਾ 94I ਹੈ। ਡਿਫਰੈਂਟ ਕਲੋਸਿਸ ਆ, ਡਿਫਰੈਂਟ ਕੰਡੀਸ਼ਨਸ ਆ। ਨੋਰਮਲੀ ਆਪਾਂ ਇਹ ਲੈ ਕੇ ਜਾਂਦੇ ਇੱਕ ਲੇਮੈਨ ਦੀ ਤਰ੍ਹਾਂ ਜੇ ਆਪਾਂ ਗੱਲ ਕਰੀਏ, ਜਿਸ ਤਰ੍ਹਾਂ ਸੀਨੀਅਰ ਸਿਟੀਜ਼ਨ ਆ ਉਹਦੀ ਕੋਈ FD ਇਨਕਮ ਹੈ 50,000 ਤੱਕ ਉਹਦਾ TDS ਨਹੀਂ ਹੋਏਗਾ। ਸੀਨੀਅਰ ਸਿਟੀਜ਼ਨ ਉਹ ਹੋਏਗਾ ਜਿਹਦੀ ਏਜ 60 ਸਾਲ ਤੋਂ ਉੱਪਰ ਹੈ, ਔਰ ਸੁਪਰ ਸਿਟੀਜ਼ਨ ਉਹ ਹੋਏਗਾ ਜਿਹਦੀ 80 ਸਾਲ ਤੋਂ ਉੱਪਰ ਹੈ। ਇਹ ਥੋੜ੍ਹੀ ਜਿਹੀ ਕਨਫਿਊਜ਼ਨ ਸੀਗੀ ਲੋਕਾਂ ਨੂੰ, ਆਮ ਪਬਲਿਕ ਨੂੰ ਆ ਰਹੀ ਹੈ, ਉਹ ਮੈਂ ਇੱਥੇ ਕਲੀਅਰ ਕਰ ਦਿੱਤੀ ਹੈ। TDS ਜਿਹੜਾ ਰੈਂਟ ਦੇ ਉੱਪਰ ਹੈ, ਪਹਿਲਾਂ 2,40,000 ਤੇ ਸੀਗਾ, ਹੁਣ ਉਹ ਵਧਾ ਕੇ 3,00,000 ਆਪਣਾ 3,00,000 ਤੱਕ ਕਰ ਦਿੱਤੀ ਗਈ ਹੈ। ਸੋ ਉਹਦੇ ਉੱਪਰ ਵੀ TDS ਨਹੀਂ ਕੱਟਿਆ ਜਾਏਗਾ। ਇਹ ਇੱਕ ਬੜੀ ਪ੍ਰੋਵੀਜ਼ਨ ਹੈ ਜਿਹੜੀ ਆਪਾਂ ਨੂੰ ਇਸ ਵਾਰ ਦਿੱਤੀ ਗਈ ਹੈ। ਨਹੀਂ ਸਰ, ਇਹ ਨੈਕਸਟ April ਤੋਂ ਹੋਏਗਾ, ਜਿਹੜੀ 1 April 2019 ਤੋਂ ਆਉਣ ਵਾਲੀ ਹੋਏਗੀ। ਉਹਦੇ ਵਿੱਚ ਕਾਫ਼ੀ ਤੁਹਾਨੂੰ ਕੰਡੀਸ਼ਨਸ ਹੈ ਜਿਹੜੀਆਂ ਕਲੀਅਰ ਹੋ ਜਾਣਗੀਆਂ। ਔਰ ਜਿਹੜਾ ਆਪਣਾ ਆਮ ਪਬਲਿਕ ਹੈ, ਜੋ ਆਮ ਇੰਡੀਵਿਜੁਅਲ, ਚਾਹੇ ਉਹ ਲੇਡੀਜ਼ ਆ, ਜੈਂਟਸ ਆ, ਉਹਦੇ ਵਿੱਚ ਇਹ ਕੰਡੀਸ਼ਨ ਲਗਾ ਦਿੱਤੀ ਗਈ ਹੈ ਕਿ TDS ਜੇ ਤੁਹਾਡੀ ਇਨਕਮ 40,000 ਤੱਕ ਹੈ, ਇੰਟਰਸਟ ਇਨਕਮ ਹੈ, TDS ਨਹੀਂ ਡਿਡਕਟ ਹੋਏਗਾ। ਔਰ ਦੂਸਰੀ ਹੈ, ਜਿਹਦਾ TDS ਡਿਡਕਟ ਹੋ ਗਿਆ, ਆਪਣੀ ਰਿਟਰਨ ਫਾਈਲ ਕਰੇ, ਔਰ ਜੇ ਉਹਦੀ ਇਨਕਮ 2.5 ਲੱਖ ਤੋਂ ਨੀਚੇ ਆ, ਉਹ ਰਿਫੰਡ ਕਲੇਮ ਕਰ ਸਕਦਾ। 5,00,000 ਤੋਂ ਘੱਟ ਦੈਨ ਵੀ ਉਹ ਟੈਕਸ ਉਹਦਾ ਕੋਈ ਨਹੀਂ ਬਣੇਗਾ, ਰਿਫੰਡ ਕਲੇਮ ਹੋ ਜਾਏਗਾ। ਲੇਕਿਨ ਰਿਟਰਨ ਭਰੇਗਾ ਦੈਨ ਹੀ ਉਹ ਰਿਫੰਡ ਆਏਗਾ, ਅਦਰਵਾਈਜ਼ ਨਹੀਂ ਆਏਗਾ। ਅੱਛਾ, ਅਗਰ ਉਹ ਰਿਟਰਨ ਨਹੀਂ ਭਰਦਾ ਤਾਂ ਉਹਨੂੰ ਜਿਹੜਾ ਆ ਔਰ ਫੰਡ ਵੇਵ ਹੋ ਜਾਏਗਾ, ਉਹ ਗਵਰਨਮੈਂਟ ਅਕਾਊਂਟ ਦੇ ਵਿੱਚ ਪਿਆ ਰਹੇਗਾ। ਉਹ ਗਵਰਨਮੈਂਟ ਅਕਾਊਂਟ ਉਹ ਕਿੰਨੀ ਦੇਰ ਤੱਕ ਉਹਦਾ ਜਿਹੜਾ ਕਲੇਮ ਕਰ ਸਕਦਾ? ਉਹ 1 ਸਾਲ ਤੱਕ ਉਹਦਾ ਕਲੇਮ ਹੈ, ਉਸ ਤੋਂ ਬਾਅਦ ਉਹਦਾ ਕਲੇਮ ਨਹੀਂ ਹੈ। ਉਸ ਤੋਂ ਬਾਅਦ ਇਹ ਅਸੈਸਮੈਂਟ ਪ੍ਰੋਸੀਜਰ ਹੁੰਦਾ ਆ, ਤੁਸੀਂ ਕੰਡੋਨੇਸ਼ਨ ਲੈਟਰ ਦਿਓ, ਉਸ ਤੋਂ ਬਾਅਦ ਮਿਲ ਜਾਂਦਾ, ਲੇਕਿਨ ਡੈਟਸ ਵੈਰੀ ਲੈਂਥੀ ਪ੍ਰੋਸੈਸ। ਸੋ ਇਟ ਸ਼ੁੱਡ ਬੀ ਕਿ ਰਿਟਰਨ ਤੁਸੀਂ ਆਪਣੀ 31 July ਹੁੰਦੀ ਹੈ ਹਰ ਇੱਕ ਸਾਲ, 2018 ਜਾਂ 2019 ਦੀ ਹੈ, 31 July ਤੱਕ ਤੁਸੀਂ ਆਮ ਆਪਣੀ ਰਿਟਰਨ ਫਾਈਲ ਕਰੋ ਔਰ ਕਲੇਮ ਕਰੋ, ਨੋ ਪ੍ਰੋਬਲਮ। ਅਤੇ ਜਿਹੜਾ FD ਇੰਟਰਸਟ ਆ ਉਹਦੀ ਕੀ ਹੈ ਕਿ ਬਈ FD ਇੰਟਰਸਟ ਉੱਤੇ ਅਗਰ ਤੁਹਾਡਾ, ਕਈਆਂ ਨੂੰ ਇਹ ਹੁੰਦਾ ਕਿ ਸਾਡੀ FD ਹੋਈ ਹੋਈ ਆ, ਅਸੀਂ TDS ਕੱਟ ਹੋ ਗਿਆ, ਅਸੀਂ ਟੈਕਸ ਦੇ ਦਿੱਤਾ, ਸਾਡਾ ਕਲੀਅਰ ਹੋ ਗਿਆ? ਨਹੀਂ, ਇਹ ਲੋਕਾਂ ਦੀ ਇੱਕ ਮਿਸਅੰਡਰਸਟੈਂਡਿੰਗ ਹੈ ਜਾਂ ਮਿਸਕਨਸੈਪਸ਼ਨ ਬਣੀ ਹੋਈ ਹੈ ਕਿ ਤੁਸੀਂ ਟੈਕਸ ਪੇ ਕਰਦੇ ਤਾਂ ਟੈਕਸ ਗੌਰਮੈਂਟ ਉਦੋਂ ਹੀ ਕਲੇਮ ਕਰਦੀ ਹੈ ਜਦੋਂ ਤੁਸੀਂ ਆਪਣੀ ਰਿਟਰਨ ਫਾਈਲ ਕੀਤੀ ਹੈ। ਜੋ TDS ਕੱਟ ਹੋ ਗਿਆ ਉਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਰਿਟਰਨ ਫਾਈਲ ਕਰਦੇ, ਟੈਕਸ ਦੇ ਦਿੱਤਾ। ਟੈਕਸ ਦੇਣਾ ਔਰ TDS ਡਿਫਰੈਂਟ ਥਿੰਗ ਹੈ, ਟੈਕਸ ਆਪਾਂ ਕੈਲਕੂਲੇਟ ਕਰਕੇ ਪੇ ਕਰਨਾ ਡਿਫਰੈਂਟ ਥਿੰਗ ਆ। ਗੌਰਮੈਂਟ ਇਹ ਕਹਿੰਦੀ ਰਿਟਰਨ ਫਾਈਲ ਕਰੋ, ਜੇ ਤੁਹਾਡਾ ਬੰਦਾ ਤੁਸੀਂ ਸਾਨੂੰ ਟੈਕਸ ਪੇ ਕਰੋ, ਜੇ ਸਾਡੇ ਕੋਲ ਤੁਹਾਡੇ ਕੋਲ ਲੈਵਲਟੀ ਅਸੀਂ ਤੁਹਾਨੂੰ ਪੇ ਕਰਾਂਗੇ, ਔਰ ਵਿਦ ਇੰਟਰਸਟ ਦਿੰਦੀ ਗੌਰਮੈਂਟ, ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਅਤੇ ਕਈ ਵਾਰੀ ਇੱਦਾਂ ਹੁੰਦਾ ਕਿ ਬਹੁਤ ਸਾਰੇ ਬੰਦੇ ਇੱਦਾਂ ਦੇ ਆ ਕਿ ਆਪਾਂ ਰਿਟਰਨ ਭਰੀ ਆ, ਬੇਸ਼ੱਕ 2.5 ਲੱਖ ਤੋਂ ਥੱਲੇ ਸੀ, 2.5 ਲੱਖ ਥੱਲੇ ਰਿਟਰਨ ਭਰੀ, 1 ਸਾਲ ਭਰੀ, 2 ਸਾਲ ਭਰੀ, ਉਸ ਤੋਂ ਬਾਅਦ ਰਿਟਰਨ ਨਹੀਂ ਭਰੀ 2 ਸਾਲ, ਉਹਦੇ ਵਿੱਚ ਵੀ ਉਹਦੇ ਉੱਤੇ ਕੋਈ ਫਾਈਨ ਆ ਜਾਂ ਉਸ ਤੋਂ ਬਾਅਦ ਦੁਬਾਰਾ ਉਹ ਭਰ ਸਕਦਾ ਜਾਂ ਉਹਦੀ ਪੱਕੇ ਤੌਰ ਦੇ ਉੱਤੇ ਬ੍ਰੇਕ ਲੱਗ ਗਈ ਆ ਭਰਨ ਦੀ? ਨਹੀਂ, ਇਸ ਤਰ੍ਹਾਂ ਨਹੀਂ, ਜੇ ਤੁਸੀਂ 2 ਸਾਲ ਰਿਟਰਨ ਭਰੀ, ਉਸ ਤੋਂ ਬਾਅਦ 1 ਸਾਲ ਤੁਸੀਂ ਫੋਰਨ ਚਲੇ ਗਏ ਆ ਜਾਂ ਤੁਹਾਡੀ ਇਨਕਮ ਜਿਹੜੀ ਸੀ ਉਹ ਟੈਕਸੇਬਲ ਇਵੈਂਟ ਨਹੀਂ ਸੀਗੀ, ਇਸ ਕਰਕੇ ਤੁਸੀਂ ਰਿਟਰਨ ਨਹੀਂ ਫਾਈਲ ਕੀਤੀ, ਨੋ ਪ੍ਰੋਬਲਮ। ਜਦੋਂ ਤੁਹਾਡੀ ਇਨਕਮ ਟੈਕਸੇਬਲ ਹੈਗੀ ਤੁਸੀਂ ਉਦੋਂ ਰਿਟਰਨ ਫਾਈਲ ਕਰ ਦਿਓ, ਕੋਈ ਪ੍ਰੋਬਲਮ ਨਹੀਂ ਹੈ ਇਹਦੇ ਵਿੱਚ। ਅੱਛਾ, ਕੋਈ ਇਹਦੇ ਵਿੱਚ ਪੈਨਲਟੀ ਨਹੀਂ ਹੈ, ਕੁਛ ਨਹੀਂ ਹੈ, ਜੋ ਗੈਪ ਹੈ ਉਹਦਾ ਰੀਜਨ ਹੋਣਾ ਚਾਹੀਦਾ ਤੁਹਾਡੇ ਕੋਲ। ਤੁਹਾਨੂੰ ਅਗਰ ਕੋਈ ਨੋਟਿਸ ਆਵੇ ਤਾਂ ਤੁਸੀਂ ਉਹਦਾ ਜਵਾਬ ਜ਼ਰੂਰ ਦਿਓ। ਯੈਸ, ਰੀਜਨ ਤੁਹਾਡੇ ਕੋਲ ਹੋਣਾ ਚਾਹੀਦਾ, ਰੀਜਨ ਹੋਣਾ ਚਾਹੀਦਾ ਮੈਂ ਇਸ ਗੱਲ ਨੂੰ ਨਹੀਂ ਭਰੀ। ਇਹ ਤੋਂ ਅੱਗੇ ਗੱਲ ਆ ਜਾਂਦੀ ਆ 5 ਲੱਖ ਤੋਂ ਉੱਪਰ ਜਾਂ 2.5 ਲੱਖ ਤੋਂ ਉੱਪਰ ਜਿਹੜਾ ਪਹਿਲਾਂ ਹੁੰਦਾ ਸੀ, ਟੈਕਸ ਅਗਰ ਬਣਦਾ ਆ ਉਸ ਦੇ ਵਿੱਚੋਂ ਬਚਿਆ ਕਿਸ ਤਰੀਕੇ ਨਾਲ ਜਾ ਸਕਦਾ? ਮੀਨਸ ਕਿ ਸਪੋਜ਼ ਕਰੋ 2.5 ਲੱਖ ਸੀ ਮੈਂ, 3 ਜਾਂ 3.5 ਲੱਖ ਰੁਪਈਏ ਦੀ ਮੇਰੀ ਇਨਕਮ ਆ, ਮੇਰਾ ਦਿਲ ਨਹੀਂ ਕਰਦਾ ਟੈਕਸ ਦੇਣ ਨੂੰ, ਜਾਂ ਕੋਈ ਇੱਦਾਂ ਦਾ ਤਰੀਕਾ, ਮੈਂ ਕਿੱਥੇ ਉਹਨੂੰ ਸੈੱਟ ਕਰ ਸਕਦਾ ਕਿ ਮੇਰੇ ਟੈਕਸ ਜਿਹੜਾ ਉਹ ਬਚ ਜਾਵੇ? ਸਾਡੇ ਕੋਲ ਕਾਫੀ ਤਰ੍ਹਾਂ ਦੀ ਇਨਵੈਸਟਮੈਂਟਸ ਹੈ, ਗੌਰਮੈਂਟ ਸਾਨੂੰ ਅਪੋਰਚੁਨਿਟੀ ਦਿੱਤੀ ਹੋਈ ਹੈ, ਅਗਰ ਤੁਸੀਂ ਟੈਕਸ ਬਚਾਉਣਾ ਚਾਹੁੰਦੇ ਆ ਤਾਂ ਇਹਨਾਂ ਪੋਲਿਸੀਜ਼ ਦੇ ਵਿੱਚ ਇਨਵੈਸਟਮੈਂਟ ਕਰੋ ਜਾਂ ਇਹਨਾਂ ਫੰਡਸ ਦੇ ਵਿੱਚ ਇਨਵੈਸਟਮੈਂਟ ਕਰੋ। ਮੈਂ ਕੁਛ ਨੀਅਰ ਅਬਾਊਟ ਤੁਹਾਨੂੰ ਫੰਡ ਦੱਸ ਦਿੰਦਾ, ਜਿਸ ਤਰ੍ਹਾਂ ਆਪਾਂ LIP ਹੈ, ਇੰਸ਼ੋਰੈਂਸ ਪੋਲਿਸੀਜ਼ ਹੈਗੀਆਂ, ICICI ਹੈ, ਮੈਕਸ ਲਾਈਫ ਹੈ, ਦੈਨ ਉਸ ਤੋਂ ਬਾਅਦ ਆਪਣੀ ਬਿਰਲਾ ਲਾਈਫ ਇੰਸ਼ੋਰੈਂਸ ਹੈ, ਇਹਨਾਂ ਵਿੱਚ ਇਨਵੈਸਟਮੈਂਟ ਕਰੋ। 1,50,000 ਤੱਕ ਪ੍ਰੀਮੀਅਮ ਪੇ ਕਰੋ ਤੁਸੀਂ, ਦੈਨ ਆਪਣਾ ਜਿਹੜਾ ਟੈਕਸ ਉਹ ਬਚ ਜਾਏਗਾ। ਇੱਕ ਟੈਕਸ ਸੇਵਿੰਗ FD ਹੈ ਜੋ 5 ਸਾਲ ਲਈ ਬਣਾਈ ਜਾਂਦੀ ਹੈ, ਉਹਦੇ ਦੁਆਰਾ ਵੀ ਅਸੀਂ ਟੈਕਸ ਬਚਾ ਸਕਦੇ ਹਾਂ। ਉਸ ਤੋਂ ਬਾਅਦ ਅਸੀਂ PPF ਹੈ, ਦੈਨ NPS ਹੈ, ਦੈਨ PF ਹੈ, ਦੇਰ ਆਰ ਸੋ ਮੈਨੀ ਅਪੋਰਚੁਨਿਟੀਜ਼। ਉਹਦੇ ਵਿੱਚ ਇਨਵੈਸਟਮੈਂਟ ਕਰੋ, ਉਹਨਾਂ ਤੁਹਾਡਾ ਟੈਕਸ ਬਚ ਜਾਏਗਾ। ਔਰ ਉਸ ਤੋਂ ਬਾਅਦ ਆਪਣੀ ਮੈਡੀਕਲ ਕਲੇਮ ਹੈ, ਮੈਡੀਕਲ ਕਲੇਮ ਇੰਸ਼ੋਰੈਂਸ ਪੋਲਿਸੀ ਲਓ, ਅੰਡਰ ਸੈਕਸ਼ਨ ATD ਸਾਨੂੰ ਉਹਦੀ 25,000 ਮੈਕਸਿਮਮ ਤੱਕ ਅਲਾਊਡ ਹੈ, ਉਹ ਲੈ ਸਕਦੇ ਹਾਂ।
ਉਸ ਤੋਂ ਸਾਨੂੰ ਹਾਊਸ ਪ੍ਰੋਪਰਟੀ ਹੈ, ਹਾਊਸ ਪ੍ਰੋਪਰਟੀ ਦਾ ਜੇ ਅਸੀਂ ਲੋਨ ਲਿਆ ਹੋਇਆ ਆ ਉਹਦੇ ਵਿੱਚ ਜਿਹੜੀ ਅਸੀਂ ਇੰਸਟਾਲਮੈਂਟ ਕਰਦੇ ਹਾਂ 2 ਲੱਖ ਰੁਪਏ ਤੱਕ ਸਾਨੂੰ ਉਹਦੀ ਰੇਟ ਮਿਲਦੀ ਹੈ ਇੰਟਰਸਟ ਦੀ, ਔਰ 1.5 ਲੱਖ ਰੁਪਇਆ ਸਾਨੂੰ ਉਹਦੀ ਰੀਪੇਮੈਂਟ ਆਫ ਪ੍ਰਿੰਸੀਪਲ ਅਮਾਊਂਟ ਦੀ ਮਿਲਦੀ ਹੈ। ਇਹ ਸਾਰੇ ਕੈਲਕੂਲੇਸ਼ਨਸ ਹੈਗੀਆਂ, ਤੁਸੀਂ ਆਪਣੇ ਐਕਸਪਰਟ ਨਾਲ ਗੱਲ ਕਰੋ ਜਾਂ ਆਪਣੇ ਜੋ ਵੀ ਤੁਹਾਡਾ ਸੀਏ ਹੈ ਜਾਂ ਲੀਗਲ ਐਡਵਾਈਜ਼ਰ ਹੈਗਾ, ਤੁਸੀਂ ਉਹਨਾਂ ਨਾਲ ਗੱਲ ਕਰੋ ਇਨਕਮ ਟੈਕਸ ਬਾਰੇ, ਉਹ ਤੁਹਾਨੂੰ ਕਲੀਅਰ ਕਰ ਦੇਗਾ। ਅਤੇ ਅਗਰ ਆਪਾਂ ਗੱਲ ਕਰਦੇ ਹਾਂ ਕਿ ਬਹੁਤ ਥਾਂ 'ਤੇ ਇੱਦਾਂ ਹੁੰਦਾ ਕਿ ਮੇਰੀ ਇਨਕਮ ਤਾਂ ਹੈ ਲੇਕਿਨ ਮੈਂ ਉਹਨੂੰ ਨਾਲ ਦੀ ਨਾਲ ਮੇਰੇ ਲਾਗ, ਸਪੋਜ਼ ਕਰੋ ਮੈਂ ਘਰ ਬਣਾਇਆ, ਘਰ ਲਈ ਲੋਨ ਲਿਆ, ਲੋਨ ਦੀ ਕਿਸ਼ਤ ਮੈਂ ਦੇ ਰਿਹਾ ਹਾਂ, ਅਤੇ ਉਹ ਜਿਹੜੀ ਆ ਉਹ ਮੇਰੇ ਖਰਚੇ 'ਚ ਪਏਗੀ ਜਾਂ ਮੈਨੂੰ ਕਿਸ ਤਰੀਕੇ ਨਾਲ ਜਿਹੜਾ ਉਹਦਾ ਮੇਰੇ ਟੈਕਸ ਦੇ ਵਿੱਚ ਉਹਦਾ ਬੈਨੀਫਿਟਸ ਹੋ ਸਕਦੇ ਆ? ਦੇਖੋ ਇਸ ਤਰ੍ਹਾਂ ਹੈ, ਜੇ ਆਪਾਂ ਕੋਈ ਲੋਨ ਲਿਆ ਹੋਇਆ ਆ, ਠੀਕ ਹੈ, ਘਰ ਬਣਾਉਣ ਲਈ ਲਿਆ ਆ, ਉਹਦੇ ਆਪਾਂ ਨੂੰ 2 ਬੈਨੀਫਿਟ ਹੈਗੇ ਆ। ਉਹਦੇ ਵਿੱਚ ਕੀ ਹੈ, ਫਸਟ ਆਫ ਆਲ ਤਾਂ ਜਿਹੜਾ ਅਸੀਂ ਪ੍ਰਿੰਸੀਪਲ ਅਮਾਊਂਟ ਪੇ ਕੀਤੀ ਹੈ, ਜੋ ਅਸੀਂ ਮੂਲ ਅਮਾਊਂਟ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹ ਪੇ ਕੀਤਾ, ਉਹਦੀ ਸਾਨੂੰ ਡਿਡਕਸ਼ਨ ਅੰਡਰ ਸੈਕਸ਼ਨ 80C ਮਿਲਦੀ ਹੈ, ਜਿਹੜੇ ਕਿ 1,50,000 ਤੱਕ ਸਾਨੂੰ ਐਪਲੀਕੇਬਲ ਹੈ ਹਰ ਇੱਕ ਸਾਲ। ਉਸ ਤੋਂ ਬਾਅਦ ਜੇ ਮੇਰਾ ਇੰਟਰਸਟ ਅਮਾਊਂਟ ਹੈ, ਜੋ ਮੰਨ ਲਓ ਮੈਂ 50 ਲੱਖ ਦਾ ਲੋਨ ਲਿਆ ਸੀ, ਉਹਦੇ ਉੱਪਰ ਇੰਟਰਸਟ ਪਿਆ ਮੇਰਾ, ਉਹ 2 ਲੱਖ ਤੱਕ ਜਿਹੜੀ ਇੰਟਰਸਟ ਦੀ ਅਮਾਊਂਟ ਹੈ ਉਹਦਾ ਐਕਸਟਰਾ ਬੈਨੀਫਿਟ ਹੈ। ਹਾਂ, ਉਹਦੇ ਕਰਕੇ ਸਾਨੂੰ ਟੈਕਸ ਨਹੀਂ ਪਏਗਾ, ਕਾਫੀ ਟੈਕਸ ਦਾ ਰਿਲੀਫ ਮਿਲ ਜਾਂਦਾ। ਸੇਮ ਕਾਰ ਲੋਨ ਜਾਂ ਹੋਰ ਲੋਨ? ਨਹੀਂ, ਕਾਰ ਲੋਨ ਉਹ ਤੁਹਾਡਾ ਪਰਸਨਲ ਲੋਨ ਹੈ, ਡੈਟ ਇਜ਼ ਨੋਟ ਅ ਮੈਂਡੇਟਰੀ ਲੋਨ। ਜਿਹੜਾ ਆਪਣਾ ਹਾਊਸਿੰਗ ਲੋਨ ਹੈ, ਇਹ ਮੈਂਡੇਟਰੀ ਲੋਨ ਆ, ਇਹ ਸਾਨੂੰ ਗਵਰਨਮੈਂਟ ਫੈਸਿਲਿਟੀ ਦਿੰਦੀ ਹੈ ਕਿ ਤੁਸੀਂ ਆਪਣਾ ਘਰ ਬਣਾਓ, ਕਾਰ ਲਈ ਉਹ ਨਹੀਂ ਕਹਿ ਰਹੀ। ਅਤੇ ਜਿਹੜੀ ਐਗਰੀਕਲਚਰ ਇਨਕਮ ਆ, ਹੈ ਜਿੱਦਾਂ ਹੁਣ ਮੈਂ ਵੀ ਜੱਟ ਫੈਮਿਲੀ ਤੋਂ ਬਿਲੋਂਗ ਕਰਦਾ, ਜੇ ਸੋਚ ਆ ਜਾਂਦੀ ਹੈ ਸਾਡੇ ਆਪਣੇ ਰਿਲੇਟਿਵਸ ਦੇ ਵਿੱਚ ਜਾਂ ਹੋਰ ਦੇ ਵਿੱਚ ਕਿ ਸਾਨੂੰ ਦੂਜਾ ਰਿਟਰਨ ਭਰਨ ਦੀ ਲੋੜ ਨਹੀਂ ਹੈਗੀ, ਲੈ ਸਾਡੀ ਤਾਂ ਖੇਤੀਬਾੜੀ ਇਨਕਮ ਆ ਬਈ, ਵੀ ਸਾਨੂੰ ਕੋਈ ਰਿਟਰਨ ਭਰਨ ਦੀ ਲੋੜ ਨਹੀਂ, ਸਾਨੂੰ ਕਿਹਨੇ ਪੁੱਛਣਾ? ਕਿ ਇਸੇ ਤਰ੍ਹਾਂ ਹੀ ਹੈ ਜਾਂ ਸਾਨੂੰ ਉਹਨੂੰ ਦੱਸਣਾ ਪਏਗਾ ਕਿ ਅਸੀਂ ਐਗਰੀਕਲਚਰ ਇਨਕਮ ਕਰਦੇ ਹਾਂ? ਦੇਖੋ, ਗੌਰਮੈਂਟ ਨੇ ਨੀਅਰ ਅਬਾਊਟ 2012-13 ਤੋਂ ਐਗਰੀਕਲਚਰ ਜਿਹੜੀ ਇਨਕਮ ਹੈਗੀ ਆ ਉਹ ਤੁਹਾਨੂੰ ਇੱਕ ਆਪਸ਼ਨ ਦਿੱਤੀ ਹੋਈ ਆ, ਆਪਣਾ ਕੋਲਮ ਵੀ ਹੈ ਉਹਨਾਂ ਦੀ ਰਿਟਰਨ ਦੇ ਵਿੱਚ, ਕਿ ਤੁਸੀਂ ਆਪਣੀ ਜੇ ਐਗਰੀਕਲਚਰ ਇਨਕਮ ਤੁਹਾਡੀ ਨੀਅਰ ਅਬਾਊਟ 50,000 ਤੋਂ ਉੱਪਰ ਹੈਗੀ ਆ ਤਾਂ ਡੈਟ ਇਜ਼ ਮੈਂਡੇਟਰੀ ਕਿ ਤੁਸੀਂ ਆਪਣੀ ਰਿਟਰਨ ਫਾਈਲ ਕਰੋ। ਲੇਕਿਨ ਉਹਦੇ ਨਾਲ ਕੰਡੀਸ਼ਨਸ ਕੀ ਆ ਕਿ ਤੁਹਾਡੀ ਨੋਨ ਐਗਰੀਕਲਚਰ ਇਨਕਮ ਵੀ 2 ਲੱਖ ਤੋਂ ਉੱਪਰ ਹੋਣੀ ਚਾਹੀਦੀ ਹੈ। ਨੋਨ ਐਗਰੀਕਲਚਰ ਇਨਕਮ, ਯੈਸ, ਜਾਂ ਸੈਲਰੀ ਆ ਜਾਂ ਬਿਜ਼ਨਸ ਆ ਜਾਂ ਮੇਰੀ ਇਨਕਮ ਫਰੋਮ ਅਦਰ ਸੋਰਸਿਸ ਆ, ਮੈਨੂੰ ਇੰਟਰਸਟ ਆ ਰਿਹਾ ਆ, ਉਹ ਦੋਨਾਂ ਦੀ ਕੰਡੀਸ਼ਨਸ ਮਿਲਾ ਕੇ ਆਪਾਂ ਸਮ ਅਪ ਕਰੀਏ ਤਾਂ ਬੈਟਰ ਹੈਗਾ ਆਪਾਂ ਰਿਟਰਨ ਫਾਈਲ ਕਰੀਏ, ਕਿਉਂਕਿ ਕੱਲ੍ਹ ਅਸੀਂ ਕੋਈ ਲੋਨ ਲੈਣਾ, ਕੱਲ੍ਹ ਅੰਬੈਸੀ ਲਈ ਅਪਲਾਈ ਕਰਨਾ, ਕਿਤੇ ਵੀ ਜਾਣਾ, ਉਹ ਡਾਕੂਮੈਂਟ ਦੇਖਿਆ ਜਾਏਗਾ ਤੁਹਾਡਾ ਉੱਤੇ। ਨਹੀਂ, ਅਗਰ ਮੇਰੀ ਕੋਈ ਐਕਸਟਰਾ ਇਨਕਮ ਨਹੀਂ ਹੈਗੀ, ਸਿਰਫ ਮੇਰਾ ਐਗਰੀਕਲਚਰ ਇਨਕਮ ਆ, ਬੇਸ਼ੱਕ ਉਹ ਸਾਲ ਦੀ 10 ਲੱਖ ਹੋਵੇ, 5 ਲੱਖ ਹੋਵੇ ਜਾਂ ਜਿੰਨੀ ਵੀ ਹੋਵੇ, ਕੀ ਮੈਨੂੰ ਰਿਟਰਨ ਭਰਨੀ ਜ਼ਰੂਰੀ ਹੈ? ਨਹੀਂ, ਦੇਅਰ ਇਜ਼ ਨੋ ਨੋ ਮੈਂਡੇਟਰੀ। ਲੇਕਿਨ ਜੇ ਤੁਹਾਡੀ ਨੋਨ ਐਗਰੀਕਲਚਰ ਇਨਕਮ ਹੈ, ਦੈਨ ਹੀ ਹੈ, ਕੋਈ ਨੁਕਸਾਨ ਨਹੀਂ, ਉਹਦਾ ਤੁਹਾਨੂੰ ਬੈਨੀਫਿਟ ਹੈ, ਡੈਟ ਇਜ਼ ਯੋਰ ਵਾਈਟ ਮਨੀ। ਵਾਈਟ ਮਨੀ ਤਾਂ ਉੱਦਾਂ ਵੀ ਤਾਂ ਵਾਈਟ ਮਨੀ ਹੈ, ਨਹੀਂ ਉੱਦਾਂ ਸਾਨੂੰ ਐਕਸਪਲੇਨ ਕਰਨਾ ਪੈ ਗਿਆ, ਕੱਲ੍ਹ ਨੋਟਿਸ ਆ ਸਕਦਾ ਕਿ ਤੁਹਾਡੀ ਇਨਕਮ ਹੈ, ਇਹਨੂੰ ਸ਼ੋਅ ਕਰੋ। ਅੱਛਾ, ਹੁਣ ਇੱਕ ਆਪਾਂ ਆਮ ਤੌਰ ਦੇ ਉੱਤੇ ਆਪਣੇ ਲੋਕ ਕੀ ਆ ਕਿ ਜਿਨ੍ਹਾਂ ਨੂੰ ਨੌਲੇਜ ਨਹੀਂ ਹੈਗੀ, ਉਹ ਬੈਂਕ ਦੇ ਵਿੱਚ ਪੈਸੇ ਰੱਖਣ ਲੱਗੇ ਸੋਚਦੇ ਨਹੀਂ। ਸਪੋਜ਼ ਕਰੋ ਆਪਣਾ NRI ਏਰੀਆ ਆ, ਕਿਸੇ ਨੇ ਰਿਸ਼ਤੇਦਾਰ ਨੇ ਬਾਹਰੋਂ ਭੇਜੇ ਆ, ਕਿਸੇ ਨੇ ਭਰਾ ਨੇ, ਪੁੱਤ ਨੇ, ਮਾਂ ਨੇ, ਕਿਸੇ ਨੇ ਬਾਹਰੋਂ ਭੇਜੇ ਆ, ਆਪਾਂ ਪੈਸੇ ਆਉਂਦੇ ਆ, ਪੈਸੇ ਲੈ ਕੇ ਕਿਸੇ ਵੀ ਤਰੀਕੇ ਨਾਲ ਕੈਸ਼ ਪੈਸੇ ਆਪਣੇ ਤੱਕ ਪਹੁੰਚ ਗਏ, ਅਸੀਂ ਚੱਕ ਕੇ ਬੈਂਕ ਵਿੱਚ ਰੱਖ ਦਿੰਦੇ ਹਾਂ, ਉਹਦੇ ਲਈ ਸਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ? ਬੈਂਕ ਦੇ ਵਿੱਚ ਜਿਹੜੇ ਪੈਸੇ ਚਲੇ ਗਏ ਉਹ ਕਿੱਦਾਂ ਇਨਕਮ ਟੈਕਸ ਦੀ ਨਜ਼ਰ ਦੇ ਵਿੱਚ ਆਉਂਦੇ ਆ, ਉਹਦੇ ਬਾਰੇ ਦੱਸੋ। ਦੇਖੋ, ਜੋ ਬੈਂਕ ਦੇ ਵਿੱਚ ਪੈਸਾ ਚਲੇਗਾ ਉਹ ਸਾਰਾ ਇਨਕਮ ਟੈਕਸ ਦੀ ਨਜ਼ਰ ਦੇ ਵਿੱਚ ਹੈਗਾ ਆ, ਉਹਨੂੰ ਆਪਾਂ ਨਹੀਂ ਬਚਾ ਕਰ ਸਕਦੇ ਕਿਸੇ ਵੀ ਤਰ੍ਹਾਂ। ਔਰ ਦੂਸਰੀ ਗੱਲ ਇਹ ਹੈਗੀ, ਮੰਨ ਲਓ ਸਾਡੇ ਕਿਸੇ ਰਿਸ਼ਤੇਦਾਰ ਨੇ ਪੈਸੇ ਭੇਜੇ ਆ, ਵੈਸਟਰਨ ਯੂਨੀਅਨ ਰਾਹੀਂ ਆਏ ਆ, ਪੋਸਟ ਆਫਿਸ ਰਾਹੀਂ ਆਏ, ਡਾਇਰੈਕਟ ਬੈਂਕ ਦੇ ਵਿੱਚ ਆਏ ਆ, ਦੈਨ ਕੋਈ ਪ੍ਰੋਬਲਮ ਨਹੀਂ ਹੈ। ਔਰ ਅਗਰ ਬਾਈ ਚੈੱਕ ਆਏ ਆ, ਪ੍ਰੋਬਲਮ ਉੱਥੇ ਆਉਂਦੀ ਹੈ ਜਿੱਥੇ ਸਾਨੂੰ ਕੈਸ਼ ਭੇਜਿਆ ਜਾਂਦਾ, ਮੰਨ ਲਓ 40,000 ਰੁਪਏ ਮੈਂ ਵੈਸਟਰਨ ਯੂਨੀਅਨ ਨਹੀਂ ਕਢਾ ਸਕਦਾ, ਮੈਨੂੰ 40,000 ਮੈਨੂੰ ਆ ਗਿਆ, 40,000 ਮੇਰੇ ਬ੍ਰਦਰ ਨੂੰ ਆ ਗਿਆ, 40,000 ਮੇਰੀ ਸਿਸਟਰ ਨੂੰ ਆ ਗਿਆ, ਜਾਂ 40,000 ਮੇਰੇ ਫਾਦਰ ਨੂੰ ਆ ਗਿਆ, ਮੈਂ 2,40,000 ਇਕੱਠਾ ਕੀਤਾ ਔਰ ਇੱਕ ਅਕਾਊਂਟ 'ਚ ਜਮ੍ਹਾਂ ਕਰਵਾ ਦਿੱਤਾ, ਕੱਲ੍ਹ ਕੀ ਹੋਏਗਾ? ਜਦੋਂ ਉਹ ਸਾਨੂੰ 2,40,000 ਕੈਸ਼ ਹੋ ਗਿਆ ਤਾਂ ਨੈਚੁਰਲੀ ਉੱਥੋਂ ਨੋਟਿਸ ਆ ਜਾਂਦਾ ਆ, ਉਹਦੀ ਐਕਸਪਲੇਨੇਸ਼ਨ ਨਹੀਂ ਕਰ ਪਾਵਾਂਗੇ, ਕਿਉਂਕਿ ਫੰਡ ਜਿਹੜੇ ਫੋਰਨ ਤੋਂ ਆਏ ਤੁਹਾਨੂੰ 40,000 ਰੁਪਏ 4 ਪਰਸਨ ਨੂੰ ਆਇਆ, ਲੇਕਿਨ ਤੁਸੀਂ ਜਮ੍ਹਾਂ ਇੱਕ ਅਕਾਊਂਟ ਦੇ ਵਿੱਚ ਕਰਵਾ ਦਿੱਤੇ। ਸੋ ਇਹ ਪ੍ਰੋਬਲਮ ਇਹ ਆ, ਕੈਸ਼ ਨਾ ਜਮ੍ਹਾਂ ਕਰਾਓ, ਬਾਹਰੋਂ ਜਿੰਨਾ ਵੀ ਫੰਡਸ ਮੰਗਾਉਣਾ ਆ ਉਹ ਥਰੂ ਚੈੱਕ ਮੰਗਵਾਈਏ, ਉਹ ਪੈਸੇ ਬੈਂਕ ਵਿੱਚ ਜਾਣ ਉਹਦੀ। ਅੱਛਾ, ਇਹਦੇ ਵਿੱਚ ਇਹ ਵੀ ਆਏਗਾ ਕਿ ਸਪੋਜ਼ ਕਰ ਲਓ ਮੇਰੇ ਕਿਸੇ ਫਰੈਂਡ ਨੇ ਮੈਨੂੰ ਬਾਹਰੋਂ ਪੈਸੇ ਭੇਜੇ ਆ, ਚੈੱਕ ਆ ਗਿਆ, ਮੈਂ ਚੈੱਕ ਆਪਣੇ ਅਕਾਊਂਟ ਵਿੱਚ ਲਾ ਦਿੱਤਾ, ਉਹ ਟੈਕਸੇਬਲ ਇਨਕਮ ਆ ਜਾਂ ਟੈਕਸ ਤੋਂ ਬਾਹਰ ਆ? ਨਹੀਂ, ਜੇ ਤੁਹਾਡੇ ਫਰੈਂਡ ਨੇ ਫੋਰਨ ਤੋਂ ਮੰਨ ਲਓ ਪੈਸਾ ਭੇਜਿਆ ਆ, ਠੀਕ ਹੈ, ਉਹਨੇ ਕਿਸੇ ਕੰਮ ਲਈ ਇੱਥੇ ਭੇਜਿਆ, ਤੁਸੀਂ ਉਹਦੇ ਕੰਮ ਦੇ ਉੱਪਰ ਸਪੈਂਡ ਕਰਨਾ, ਤਾਂ ਬੈਟਰ ਇਹ ਆ ਕਿ ਤੁਸੀਂ ਬਾਈ ਚੈੱਕ ਉਹ ਪੇਮੈਂਟ ਕਰੋ, ਤਾਂ ਕਿ ਕੱਲ੍ਹ ਜੇ ਤੁਹਾਨੂੰ ਇਨਕਮ ਟੈਕਸ ਨੋਟਿਸ ਆਉਂਦਾ, ਜੇ ਅਸਾਂ 5 ਲੱਖ ਰੁਪਇਆ ਜਾਂ 10 ਲੱਖ ਰੁਪਇਆ ਤੁਹਾਡੇ ਅਕਾਊਂਟ ਦੇ ਵਿੱਚ ਆਇਆ ਸੀ, ਤੁਸੀਂ ਕਿਸ ਲਈ ਸਪੈਂਡ ਕੀਤਾ, ਤੁਸੀਂ ਐਕਸਪਲੇਨ ਕਰ ਸਕੋ, ਜੇ ਅਸੀਂ ਮੇਰੇ ਫਰੈਂਡ ਨੇ ਫੋਰਨ ਤੋਂ ਭੇਜਿਆ, ਮੈਂ ਅਕਾਊਂਟ ਵਿੱਚ ਡਿਪੋਜ਼ਿਟ ਕਰਵਾ ਦਿੱਤਾ, ਉਹਦੇ ਲਈ ਹੀ ਮੈਂ ਐਕਸਪੈਂਸ ਕੀਤਾ ਔਰ ਮੈਂ ਬਾਈ ਚੈੱਕ ਪੇਮੈਂਟ ਕੀਤੀ ਹੈ ਸਾਰੀ। ਬਾਈ
ਕਿ ਜੀ ਐਸ ਏ ਪੇਮੈਂਟ ਉਹਦੀ ਸੀ ਔਰ ਮੈਂ ਇਹ ਮੂਹਰੇ ਮੂਹਰੇ ਫੋਰਵਰਡ ਉਹਦੇ ਹੀ ਇੰਸਟਰਕਸ਼ਨ ਦੇ ਅਕੋਰਡਿੰਗ ਪੇ ਕੀਤੀ ਹੈ ਉਹਦੇ ਇੰਸਟਰਕਸ਼ਨ ਦੇ ਬਿਲਕੁਲ ਇਹ ਆ ਗਈ ਆਪਣੇ ਦੋਸਤ ਦੀ ਗੱਲ ਸਪੋਜ਼ ਕਰ ਲਓ ਮੇਰਾ ਰੇਅਰ ਬ੍ਰਦਰ ਆ ਜਾਂ ਤੁਹਾਡਾ ਰੇਅਰ ਬ੍ਰਦਰ ਆ ਬਲੱਡ ਰਿਲੇਸ਼ਨ ਦੇ ਵਿੱਚੋਂ ਕੋਈ ਵੀ ਤੁਹਾਨੂੰ ਅਗਰ ਪੈਸੇ ਭੇਜਦਾ ਬਾਹਰੋਂ ਭੇਜਦਾ ਜਾਂ ਇੱਧਰੋਂ ਭੇਜਦਾ ਉਹ ਕਿੰਨੇ ਪੈਸੇ ਤੁਹਾਡੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਸਕਦਾ ਆ ਜਿਹੜੇ ਉਹ ਟੈਕਸ ਤੋਂ ਰਹਿਤ ਹੋਣ ਦੇਖੋ ਬਲੱਡ ਰਿਲੇਸ਼ਨ ਵੀ ਚਾਹੇ 1 ਕਰੋੜ ਕਰੇ 2 ਕਰੋੜ ਕਰੇ 10 ਲੱਖ ਕਰੇ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਉਹਦੇ ਕੋਲ ਪਰੂਫ ਹੋਣਾ ਚਾਹੀਦਾ ਕਿ ਉਹਦੀ ਉੱਥੇ ਵਾਈਟ ਮਨੀ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਇਹ ਉਹਦੀ ਇਨਕਮ ਹੈ ਲੇਕਿਨ ਓਨਲੀ ਬਲੱਡ ਰਿਲੇਸ਼ਨ ਬਲੱਡ ਰਿਲੇਸ਼ਨ ਮੀਨ ਮੇਰਾ ਸਿਸਟਰ ਮੇਰਾ ਬ੍ਰਦਰ ਮੇਰੇ ਫਾਦਰ ਮੇਰੇ ਮਦਰ ਐਂਡ ਵਾਈਫ ਵਾਈਫ ਬਲੱਡ ਰਿਲੇਸ਼ਨ ਨਹੀਂ ਫਸਟ ਰਿਲੇਸ਼ਨ ਤੁਹਾਡੀ ਵਾਈਫ ਆ ਫਸਟ ਹੋ ਗਈ ਫਸਟ 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 ਹਾਂ ਇਸ ਤੋਂ ਇਲਾਵਾ ਕੋਈ ਨਹੀਂ ਇਸ ਤੋਂ ਇਲਾਵਾ ਕੋਈ ਵੀ ਕਰੇ ਬੇਟਾ ਬੇਟੀ ਬਿਲਕੁਲ ਬੇਟਾ ਬੇਟੀ ਤੁਹਾਡੇ ਕਰ ਸਕਦੇ ਇਸ ਤੋਂ ਇਲਾਵਾ ਕੋਈ ਇਸ ਤੋਂ ਦਾਦਾ ਦਾਦੀ ਨਾਨਾ ਨਾਨੀ ਨਹੀਂ ਦਾਦਾ ਦਾਦੀ ਵੀ ਕਰ ਸਕਦੇ ਆ ਉਹ ਵੀ ਤੁਹਾਡੇ ਰਿਲੇਸ਼ਨ ਵਿੱਚ ਆਉਂਦੇ ਵੈਸੇ ਅਸੀਂ ਬੈਟਰ ਹੈ ਕਿ ਦਾਦਾ ਦਾਦੀ ਜਿਹੜੇ ਹੈਗੇ ਉਹ ਪੇਰੈਂਟਸ ਨੂੰ ਹੀ ਕਰਨ ਪੇਰੈਂਟਸ ਨੂੰ ਕਰਨ ਬੈਟਰ ਹੈ ਕਿਉਂਕਿ ਐਕਸਪਲੇਨੇਸ਼ਨ ਦੇਣੀ ਪਰੂਫ ਦੇਣਾ ਬੜਾ ਮੁਸ਼ਕਿਲ ਹੋ ਜਾਂਦਾ ਕਿਸੇ ਵੇਲੇ ਸੋ ਅਸੀਂ ਬੈਟਰ ਇਹੀ ਕਹਿੰਦੇ ਹੁੰਦੇ ਕਿ ਬਲੱਡ ਰਿਲੇਸ਼ਨ ਜਿਹੜੇ ਫਸਟ ਰਿਲੇਸ਼ਨ ਦੇ ਵਿੱਚ ਹੈ ਉਹੀ ਕਰਨ ਉਹਦੇ ਲਈ ਲਿਮਿਟ ਨਹੀਂ ਹੈਗੀ ਕੋਈ ਕਿੰਨੇ ਅਗਰ ਉਹਨਾਂ ਕੋਲ ਹੈਗੇ ਆ ਤਾਂ ਕਿੰਨੇ ਵੀ ਪੈਸੇ ਜਿਹੜੇ ਆ ਉਹ ਕਰ ਸਕਦੇ ਆ ਉਹਨਾਂ ਕੋਲ ਉਹਦਾ ਪਰੂਫ ਹੋਣਾ ਚਾਹੀਦਾ ਸਪੋਜ਼ ਕਰੋ ਕਿ ਕਿਸੇ ਰੈਲੇਟਿਵ ਨੇ ਬਾਹਰੋਂ ਫੋਰਨ ਤੋਂ ਪੈਸੇ ਭੇਜੇ ਆ ਐਨ ਆਰ ਈ ਅਕਾਊਂਟ ਆ ਜਾਂ ਉੱਦਾਂ ਭੇਜੇ ਆ ਉਹ ਪੈਸੇ ਕਿਸੇ ਦੇ ਅਕਾਊਂਟ ਦੇ ਵਿੱਚ ਚਲੇ ਗਏ ਆ ਰੀਅਲ ਬ੍ਰਦਰ ਦੇ ਲਈ ਸਿਸਟਰ ਜਾਂ ਮਦਰ ਫਾਦਰ ਦੇ ਉਹ ਉਹਦੇ ਤੋਂ ਕਿਸ ਤਰ੍ਹਾਂ ਅਕਾਊਂਟ ਮੰਗਿਆ ਜਾ ਸਕਦਾ ਕਿ ਤੇਰਾ ਇੰਗਲੈਂਡ ਕੈਨੇਡਾ ਅਮੈਰੀਕਾ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਤੇਰਾ ਕਿੱਦਾਂ ਇਨਕਮ ਆ ਇਨਕਮ ਟੈਕਸ ਡਿਪਾਰਟਮੈਂਟ ਕਿਸ ਤਰ੍ਹਾਂ ਮੰਗ ਸਕਦਾ ਨਹੀਂ ਇਨਕਮ ਟੈਕਸ ਨੂੰ ਕੁਛ ਮਤਲਬ ਨਹੀਂ ਉਹਦੀ ਉੱਥੇ ਵਾਈਟ ਮਨੀ ਹੈ ਕਿ ਨਹੀਂ ਹੈ ਉਹਨੇ ਕਿੱਥੋਂ ਭੇਜਿਆ ਕਿਉਂਕਿ ਦੇਖੋ ਤੁਹਾਡੇ ਅਕਾਊਂਟ 'ਚ ਟ੍ਰਾਂਸਫਰ ਹੋਏ ਬਾਏ ਬੈਂਕ ਠੀਕ ਹੈ ਅਸੀਂ ਸਿਰਫ ਇਨਕਮ ਟੈਕਸ ਨੂੰ ਇਹ ਪਰੂਫ ਕਰਨਾ ਕਿ ਬਾਏ ਬੈਂਕ ਉਹਨੇ ਸਾਡੇ ਅਕਾਊਂਟ ਦੇ ਵਿੱਚ ਪਾਏ ਆ ਉੱਥੋਂ ਬੈਂਕ ਸਟੇਟਮੈਂਟ ਆਪਣੀ ਭੇਜ ਦਿਆ ਕਿ ਅਸੀਂ ਉਮਰ ਪ੍ਰੋਡਿਊਸ ਕਰਦੇ ਨਹੀਂ ਅੱਛਾ ਉਹ ਆਪਣੀ ਬੈਂਕ ਸਟੇਟਮੈਂਟ ਬਿਲਕੁਲ ਉੱਥੇ ਪਰੂਫ ਹੋ ਜਾਏਗਾ ਨਾ ਕਿ ਹੁਣ ਉਸ ਬੈਂਕ 'ਚੋਂ ਤੁਹਾਨੂੰ ਟ੍ਰਾਂਸਫਰ ਕੀਤੇ ਆ ਔਰ ਸਾਨੂੰ ਉਹਦੇ ਵਿੱਚ ਕੋਈ ਟੈਨਸ਼ਨ ਨਹੀਂ ਹੈ ਕੋਈ ਟੈਨਸ਼ਨ ਨਹੀਂ ਉਹ ਨਹੀਂ ਕੋਈ ਹੈਗੀ ਵੀ ਉਹ ਕੰਮ ਕਰਦਾ ਨਹੀਂ ਕਰਦਾ ਜੇ ਬਿਲਕੁਲ ਸਾਨੂੰ ਉਹਨਾਂ ਕੋਈ ਮਤਲਬ ਆਪਾਂ ਗੱਲ ਕਰ ਰਹੇ ਸੀ ਐਗਰੀਕਲਚਰ ਦੀ ਐਗਰੀਕਲਚਰ ਇਨਕਮ ਦੇ ਉੱਤੇ ਤਾਂ ਹੋ ਗਿਆ ਕਿ ਉਹਦੇ 'ਤੇ ਟੈਕਸ ਨਹੀਂ ਹੈ ਠੀਕ ਹੈ ਲੇਕਿਨ ਆਮ ਤੌਰ 'ਤੇ ਦੇਖਿਆ ਜਾਂਦਾ ਕਿ ਅਗਰ ਸ਼ਹਿਰ ਦੇ ਨਾਲ ਕਿਸੇ ਜ਼ਮੀਨ ਲੱਗਦੀ ਆ ਜਾਂ ਕਿਸੇ ਤਰੀਕੇ ਨਾਲ ਹੁੰਦਾ ਉਹ ਜ਼ਮੀਨੇ ਕਰੋੜਾਂ ਦੇ ਵਿੱਚ ਹੋ ਜਾਂਦੀ ਆ ਹੈ ਨਾ ਉਹ ਕਰੋੜਾਂ ਦੇ ਵਿੱਚ ਵਿਕਦੀ ਆ ਅਤੇ ਉਹਦੇ 'ਤੇ ਅਗਰ ਗੱਲ ਕਰੀਏ ਕਿ ਉਹਦੇ 'ਤੇ ਜਿਹੜੀ ਉਹ ਜ਼ਮੀਨ ਵੇਚਣੀ ਆ ਉਹਦੇ 'ਤੇ ਟੈਕਸ ਹੈ ਜਾਂ ਉਹ ਵੀ ਟੈਕਸ ਫਰੀ ਹੈ ਦੇਖੋ ਇਸ ਤਰ੍ਹਾਂ ਹੈ ਜਿਹੜੀ ਐਗਰੀਕਲਚਰ ਲੈਂਡ ਆ ਨਾ ਜਿਹੜੀ ਆਪਾਂ ਗੱਲ ਕਰਦੇ ਹਾਂ ਸ਼ਹਿਰਾਂ ਦੇ ਨਾਲ ਲੱਗਦੀ ਹੈ ਕਰੋੜਾਂ 'ਚ ਹੋ ਗਈ ਹੈ ਜਿਸ ਤਰ੍ਹਾਂ ਆਪਾਂ ਫਵਾੜੇ ਦੀ ਗੱਲ ਕਰੀਏ ਲਵਲੀ ਨਾਲ ਲੱਗਦੀ ਹੈ ਲਵਲੀ ਦੇ ਵਿੱਚ ਜ਼ਮੀਨ ਕਾਫੀ ਹੈ ਜਿਹੜੀ ਸੇਲ ਹੋ ਗਈ ਹੈ ਔਰ ਵਾਈਟ ਸੇਲ ਹੋ ਰਹੀ ਹੈ ਸਾਰੀ ਇਹ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਉਹ ਡਿਪੈਂਡ ਕਰੇਗਾ ਕਿ ਉਹਦੀ ਜੁਰਿਸਡੀਕੇਸ਼ਨ ਜਿਹੜੀ ਹੈਗੀ ਹੈ ਮੰਨ ਲਓ ਫਗਵਾੜਾ ਪੈ ਰਹੀ ਹੈ ਫਗਵਾੜਾ ਦੀ ਹੱਦ ਤੋਂ ਉਹ ਕਿੰਨੇ ਕਿਲੋਮੀਟਰ ਬਾਹਰ ਆ ਜੇ ਫਗਵਾੜੇ ਦੀ ਹੱਦ ਤੋਂ 2 ਕਿਲੋਮੀਟਰ ਬਾਹਰ ਆ ਦੈਨ ਉਹ ਟੈਕਸੇਬਲ ਨਹੀਂ ਹੈ ਉਹ ਇਨਕਮ ਤੁਹਾਡੀ ਕੈਪੀਟਲ ਰਿਸਿਪਟ ਆ ਡੈਟਸ ਐਗਜੈਂਪਟ ਫਰੋਮ ਇਨਕਮ ਟੈਕਸ ਉਹਦੇ ਉੱਪਰ ਕੋਈ ਟੈਕਸ ਨਹੀਂ ਹੈਗਾ ਜਿੰਨੇ ਐਨ ਆਰ ਆਈ ਪਰ ਆਏ ਉਹ ਡਰ ਜਾਂਦੇ ਆ ਉਹਨਾਂ ਨੂੰ ਨੋਟਿਸ ਆਈ ਜਾਂਦਾ ਆ ਆਪਣੀ ਰਿਟਰਨ ਫਾਈਲ ਕਰਨ ਉਹਦੇ ਵਿੱਚ ਇਨਕਮ ਆਪਣੀ ਰਿਸਿਪਟ ਦਿਖਾਉਣ ਉਹ ਐਗਜੈਂਪਟ ਆ ਹਾਂ ਲੇਕਿਨ ਜੇ ਤੁਹਾਡੀ ਜਿਹੜੀ ਇਨਕਮ ਹੈ ਜਿਹੜੀ ਐਗਰੀਕਲਚਰ ਆਪਾਂ ਲੈਂਡ ਦੀ ਗੱਲ ਕਰ ਰਹੇ ਹਾਂ ਉਹ 2 ਕਿਲੋਮੀਟਰ ਦੀ ਹੱਦ ਦੇ ਅੰਦਰ ਆ ਦੈਨ ਉਹ ਟੈਕਸੇਬਲ ਆ ਦੈਨ ਯੂ ਹੈਵ ਟੂ ਪੇ 20% ਟੈਕਸ ਔਨ ਦੈਟ ਲੈਂਡ ਫਿਰ ਉਹਦੇ ਵਿੱਚ ਕੋਈ ਐਗਜੈਂਪਸ਼ਨ ਨਹੀਂ ਹੈਗੀ ਨਹੀਂ ਅਗਰ ਮੈਂ ਸਪੋਜ਼ ਕਰ ਲਓ ਸ਼ਹਿਰ ਦੇ ਵਿੱਚ ਹੀ ਮੇਰੀ ਕੋਈ ਐਗਰੀਕਲਚਰ ਲੈਂਡ ਆ ਅਗਰ ਮੈਂ ਉਹਨੂੰ ਵੇਚਦਾ ਹਾਂ ਤਾਂ ਮੈਨੂੰ ਸਪੋਜ਼ ਕਰ ਲਓ ਮੈਂ 1 ਕਰੋੜ ਦੀ ਵੇਚੀ ਆ ਤਾਂ 1 ਕਰੋੜ ਦੇ ਉੱਤੇ 20% ਟੈਕਸ ਦੇਣਾ ਲਾਜ਼ਮੀ ਆ ਮੇਰੇ ਲਈ ਕਿ ਉਹ ਵੀ ਵੇਚਿਆ ਜਾ ਸਕਦਾ ਨਹੀਂ ਉਹਦੇ ਵਿੱਚ ਕੁਛ ਬਚਾਅ ਹੈਗਾ ਆ ਜੇ ਤੁਸੀਂ ਕਿਤੇ ਐਗਰੀਕਲਚਰ ਲੈਂਡ ਹੋਰ ਪਰਚੇਸ ਕਰ ਲਈ ਵਿਦਇਨ 1 ਈਅਰ ਜਾਂ ਤੁਹਾਡੀ ਪਹਿਲਾਂ ਕੋਸਟ ਦੇਖੋ ਤੁਹਾਡੀ ਆਪਣੀ ਇੰਸੈਸਟਰਲ ਪ੍ਰੋਪਰਟੀ ਸੀਗੀ ਜਾਂ ਤੁਸੀਂ ਖੁਦ ਪਰਚੇਸ ਕੀਤੀ ਸੀਗੀ ਉਹ ਟੈਕਸ ਕੈਲਕੂਲੇਸ਼ਨ ਲਈ ਯੂ ਹੈਵ ਟੂ ਗੋ ਟੂ ਐਕਸਪਰਟ ਉਹੀ ਗੱਲ ਹੋ ਜਾਂਦੀ ਹੈ ਔਰ ਰਿਬੇਟਸ ਹੈ ਰਿਲੀਫ ਹੈ ਲੇਕਿਨ ਉਹ ਟੈਕਸ ਐਕਸਪਰਟ 'ਚ ਆਪਾਂ ਗੱਲ ਕਰ ਸਕਦੇ ਕਿਉਂਕਿ ਇੱਥੇ ਮੈਂ ਜਨਰਲ ਵਿਊ ਦੇ ਰਿਹਾ ਇਟ ਇਜ਼ ਨੋਟ ਸਪੈਸੀਫਿਕ ਵਿਊ ਹਰ ਇੱਕ ਦੀ ਲੈਂਡ ਦਾ ਆਪਣੀ ਆਪਣੀ ਕੈਲਕੂਲੇਸ਼ਨ ਸੇ ਆਪਣੀ ਆਪਣੀ ਕੋਸਟ ਹੈ ਆਪਣੀ ਆਪਣੀ ਕੋਸਟ ਆ ਅਤੇ ਉਹ ਮੇਨ ਗੱਲ ਇਹੀ ਆ ਕਿ ਜੇ ਸਪੋਜ਼ ਕਰ ਲਓ ਕਿਸੇ ਨੇ ਜ਼ਮੀਨ ਵੇਚੀ ਆ ਅਗਰ ਉਹਦੇ ਕੋਲ ਉਹਦਾ ਟੈਕਸ ਬਣਦਾ ਤਾਂ ਉਹਨੂੰ 1 ਸਾਲ ਦੇ ਵਿੱਚ 19 ਰੁਪਏ ਦੀ ਜ਼ਮੀਨ ਖਰੀਦਣੀ ਪਏਗੀ ਯੈਸ 19 ਰੁਪਏ ਦੀ ਜ਼ਮੀਨ ਪਰਸੈਂਟੇਜ ਹੈ ਕਿ ਉਹਦੇ 50% ਦੀ ਗ੍ਰੀਲ ਆ ਬਈ ਬਾਕੀ ਤੇ ਰਹੇ ਨਹੀਂ ਉਹ ਡਿਪੈਂਡ ਕਰੇਗਾ ਨਾ ਤੁਹਾਡਾ ਟੈਕਸ ਕੈਲਕੂਲੇਟਰ ਜਿਹੜਾ ਐਕਸਪਰਟ ਹੈ ਜਾਂ ਐਡਵਾਈਜ਼ਰ ਉੱਥੇ ਕੈਲਕੂਲੇਸ਼ਨ ਕਰਕੇ ਤੁਹਾਨੂੰ ਐਗਜ਼ੈਕਟਲੀ ਅਮਾਉਂਟ ਦੱਸੇਗਾ ਯਾਨੀ ਕਿ ਕਹਿਣ ਦਾ ਮਤਲਬ ਆ ਅਗਰ ਕਿਸੇ ਨੇ ਪ੍ਰੋਪਰਟੀ ਆਪਣੀ ਇਹਦਾ ਵੇਚੀ ਆ ਕੋਈ ਜ਼ਮੀਨ ਵੇਚੀ ਆ ਤਾਂ ਉਹਨੂੰ ਇਹ ਜ਼ਰੂਰੀ ਆ ਕਿ ਕਿਸੇ ਐਕਸਪਰਟ ਦੇ ਕੋਲ ਜਾ ਕੇ ਉਹ ਆਪਣੇ ਮਨ ਦੇ ਜਿਹੜੇ ਕੁਐਸਚਨ ਆ ਉਹ ਕਰਕੇ ਆਪਣੇ ਸਹੀ ਗਾਈਡਲਾਈਨ ਲੈ ਕੇ ਹੀ ਜਿਹੜਾ ਅੱਗੇ ਸਟੈਪ ਲੈ ਬਿਲਕੁਲ ਬੈਟਰ ਇਹੀ ਹੈ ਕਿਉਂਕਿ ਹੋ ਸਕਦਾ ਕਿਸੇ ਵੇਲੇ ਆਪਾਂ ਇਗਨੋਰੈਂਸ ਕਰ ਜਾਂਦੇ ਜਾਂ ਸਾਨੂੰ ਨਹੀਂ ਪਤਾ ਹੁੰਦਾ ਕਿਉਂਕਿ ਦੇਖੋ 50 ਲੱਖ ਤੋਂ ਉੱਪਰ ਜਿਹੜੀ ਰਜਿਸਟਰੀ ਹੈਗੀ ਆ ਉਹਦੀ ਇਨਫੋਰਮੇਸ਼ਨ ਡਿਪਾਰਟਮੈਂਟ ਕੋਲ ਜਾਂਦੀ ਆ ਔਰ ਉਹਦੀ ਕੁਐਰੀ ਹੋਣੀ ਹੋਣੀ ਹੈ 99% ਉਹਦੀ ਕੁਐਰੀ ਹੋਣੀ ਹੋਣੀ 1 ਅੱਧਾ ਪਰਸੈਂਟ ਕਿਤੇ ਤੁਹਾਡਾ
उस तो बाद तुहानू क्वेरी कीती जांदी है कि एग्रीकल्चर लैंड सी और एग्रीकल्चर लैंड नहीं सी, जे कमर्शियल है दैन तो यू हैव टू पे टैक्स। सो एक्सपर्ट को जो बैटर है तुसीं उहदी ओपीनियन लो। एक बड़ा जरूरी क्वेश्चन आ, हुण गल करदे करदे मेरे दिमाग में आ गया कि बहुत थां दे उत्ते इदां हुंदा आ कि एग्रीकल्चर लैंड जदों बंदा प्रॉपर्टी डीलर नूं दिंदा आ, ਉਹ ਇੱਕ ਪਾਵਰ ਆਫ ਅਟੋਰਨੀ ਬਣਾ ਲੈਂਦੇ ਆ, ਉਹ ਪਾਵਰ ਆਫ ਅਟੋਰਨੀ ਬਣਾ ਲੈਂਦੇ ਆ, ਨਾ ਕੋਈ ਸਿੰਗਲ ਰਜਿਸਟਰੀ ਨਹੀਂ ਹੁੰਦੀ। ਉਹ ਉਸ ਤੋਂ ਅੱਗੇ ਪਾਵਰ ਆਫ ਅਟੋਰਨੀ ਤੋਂ ਦਸ ਦਸ ਮਰਲੇ, ਵੀਹ ਵੀਹ ਮਰਲੇ, ਪੰਜ ਪੰਜ ਮਰਲੇ ਦੀਆਂ ਜਿਹੜੀਆਂ ਰਜਿਸਟਰੀਆਂ ਕਰ ਦਿੰਦੇ ਆ, ਜਿਹੜੇ ਉਹ ਪੈਸੇ ਆਉਂਦੇ ਆ ਉਹ ਪ੍ਰੋਪਰਟੀ ਡੀਲਰ ਕੋਲ ਰਹਿ ਜਾਂਦੇ ਆ। ਉਹਦੀ ਜਿਹੜੀ ਟੈਕਸ ਦੀ ਲਾਇਬਿਲਟੀ ਬਣਦੀ ਆ, ਉਹ ਜਿਹੜਾ ਓਨਰ ਸੀ ਜਿਸ ਨੇ ਵੇਚੀ ਆ ਉਹਦੀ ਬਣਦੀ ਆ, ਜਾਂ ਜਿਹੜਾ ਪਾਵਰ ਆਫ ਅਟੋਰਨੀ ਪਰਸਨ ਆ ਉਹਦੇ 'ਤੇ ਆ ਜਾਂਦੀ। ਦੇਖੋ ਪਹਿਲੀ ਗੱਲ ਤਾਂ ਇਹ ਹੈ, ਪਾਵਰ ਅਟੋਰਨੀ ਵਾਲਾ ਜਿਹੜਾ ਕਿੱਸਾ ਸੀ ਉਹ ਬੰਦ ਹੋ ਚੁੱਕਾ। ਵੈਸੇ ਅਜੇ ਰਜਿਸਟਰੀਆਂ ਹੋਈ ਜਾਂਦੀਆਂ, ਉਹ ਇੱਕ ਆਪਾਂ ਇਹਨੂੰ ਕਹਿ ਲਈਏ ਇਲੀਗਲ ਵੇ ਹੈ, ਇਟ ਇਜ਼ ਨੋਟ ਅ ਇਲੀਗਲ ਵੇ, ਠੀਕ ਹੈ। ਉਹਦੇ ਵਿੱਚ ਗਲਤੀ ਜੋ ਹੈਗੀ ਆ, ਉਹ ਜਿਹੜਾ ਫਸਟ ਟਾਈਮ 'ਤੇ ਐਗਰੀਕਲਚਰ ਲੈਂਡ ਆ ਜਿਹੜਾ ਸੋਲਡ ਕਰਦਾ ਉਹਦੀ ਹੈ, ਉਹ ਪਾਵਰ ਅਟੋਰਨੀ ਕਿਉਂ ਦਿੰਦਾ? ਜੇ ਉਹ ਪਾਵਰ ਅਟੋਰਨੀ ਦੇ ਰਿਹਾ ਤਾਂ ਉਸ ਵੇਲੇ ਜੋ ਆਪਣੀ ਪ੍ਰੋਪਰਟੀ ਉਹਦੀ ਸੇਲ ਹੋ ਗਈ ਆ, ਉਹਦੇ ਬੇਸ ਦੇ ਉੱਪਰ ਆਪਣੀ ਰਿਟਰਨ ਫਾਈਲ ਕਰਕੇ ਆਪਣੇ ਆਪ ਨੂੰ ਐਗਜ਼ੈਂਪਟ ਕਰ ਲਵੇ। ਫਸਟ ਟਾਈਮ ਹੀ ਆਪਣੀ ਰਿਟਰਨ, ਮੇਰਾ ਇੰਨਾ ਸੌਦਾ ਹੋ ਗਿਆ, ਮੇਰਾ 1 ਕਰੋੜ ਦਾ ਸੌਦਾ, ਮੇਰਾ 2 ਕਰੋੜ ਦਾ, ਮੇਰਾ 10 ਕਰੋੜ ਦਾ ਹੋਇਆ, ਜੋ ਉਹਦੀ 20% ਦੇ ਅਕੋਰਡਿੰਗ ਲਾਇਬਿਲਟੀ ਬਣਦੀ ਜਾਂ ਜੋ ਵੀ ਕੈਲਕੂਲੇਸ਼ਨਸ ਹੈਗੀ ਆ, ਉਹ ਉਸ ਸਮੇਂ ਉਹਨੂੰ ਸੇਲ ਕੰਸਲਟੇਸ਼ਨ 'ਚ ਲੈ ਕੇ, ਰਜਿਸਟਰੀ ਨਹੀਂ ਹੋਈ ਡੈਟਸ ਡਿਫਰੈਂਟ, ਲੇਕਿਨ ਉਹਨੂੰ ਦੇਖੋ ਜਿਹੜੀ ਐਗਰੀਕਲਚਰ ਲੈਂਡ ਆ, ਜੇ ਆਪਾਂ ਕੋਈ ਵੀ ਪ੍ਰੋਪਰਟੀ ਦਾ ਸੌਦਾ ਕਰਦੇ ਹਾਂ ਉਹਦੇ 3 ਕੈਟਾਗਰੀਆਂ ਮੰਨੀਆਂ ਜਾਂਦੀਆਂ। ਫਸਟ, ਤੁਸੀਂ ਟ੍ਰਾਂਸਫਰ ਕਦੋਂ ਕੀਤੀ ਪ੍ਰੋਪਰਟੀ? ਸੈਕਿੰਡ, ਤੁਹਾਨੂੰ ਐਡਵਾਂਸ ਕਦੋਂ ਆਇਆ? ਥਰਡ ਪਰਸਨ, ਕੀ ਤੁਸੀਂ ਰਜਿਸਟਰੀ ਕਰਵਾਤੀ ਕਿ ਨਹੀਂ ਕਰਵਾਤੀ? ਇਹਨਾਂ 3 ਵਿੱਚੋਂ ਕੋਈ ਵੀ ਪਰਸਨ ਜੋ ਫਸਟ ਪੁਆਇੰਟ ਦੇ ਉੱਪਰ ਹੋ ਗਿਆ, ਉਹ ਮੰਨਿਆ ਜਾਏਗਾ ਕਿ ਤੁਹਾਡੀ ਸੇਲ ਹੋ ਗਈ ਹੈ। ਤੁਸੀਂ ਉਸ ਪੁਆਇੰਟ ਦੇ ਉੱਪਰ ਆਪਣੀ ਰਜਿਸਟਰੀ ਨਹੀਂ ਕਰਵਾਉਣੀ, ਆਪਣੀ ਇਨਕਮ ਟੈਕਸ ਅਸੈਸਮੈਂਟ ਕਰਵਾ ਸਕਦੇ ਹਾਂ। ਇਨਕਮ ਟੈਕਸ ਅਸੈਸਮੈਂਟ ਕਰਾ ਸਕਦੇ, ਉਹਦੇ ਵਿੱਚ ਫਿਰ ਰਜਿਸਟਰੀ ਦੀ ਕਾਪੀ ਜਾਂ ਕੋਈ ਡਾਕੂਮੈਂਟ? ਨਹੀਂ, ਉਹ ਡਾਕੂਮੈਂਟ ਕੁਛ ਨਹੀਂ, ਉਹ ਤੁਹਾਡੇ ਕੋਲ ਬਿਆਨੇ ਦੀ ਕਾਪੀ ਹੋਏਗੀ ਜਾਂ ਐਗਰੀਮੈਂਟ ਹੋਏਗਾ ਜਿਹੜਾ ਤੁਸੀਂ ਪਹਿਲਾਂ ਕੀਤਾ ਹੋਏਗਾ। ਉਸ ਬੇਸ ਦੇ ਉੱਪਰ ਤੁਸੀਂ ਕਹਿ ਸਕਦੇ ਮੇਰਾ ਟੋਟਲ, ਮੇਰੀ ਇੰਨੀ ਅਮਾਊਂਟ ਹੈ ਜਿਹੜੀ ਮੈਨੂੰ ਆ ਗਈ ਹੈ ਜਾਂ ਇੰਨੀ ਮੈਨੂੰ ਆਉਣੀ ਹੈ। ਉਸ ਬੇਸ ਦੇ ਉੱਪਰ ਤੁਸੀਂ ਆਪਣੀ ਅਸੈਸਮੈਂਟ ਕਰਵਾ ਦਿਓ। ਫਿਰ ਜਿਹੜੀ ਪਾਵਰ ਅਟੋਰਨੀ ਤਾਂ ਉਹਦੀ ਕੋਈ ਅਸੈਸਮੈਂਟ ਹੁੰਦੀ ਹੈ ਜਾਂ ਕੁਛ ਵੀ ਹੁੰਦਾ ਆ, ਉਹ ਡਾਇਰੈਕਟ ਜਿਹੜਾ ਤੁਹਾਡੇ ਕੋਲ ਲੈ ਰਿਹਾ ਉਹਦੀ ਰਿਸਪੋਂਸੀਬਿਲਟੀ ਹੈ। ਇਨਕਮ ਟੈਕਸ ਡਿਪਾਰਟਮੈਂਟ ਤੁਹਾਨੂੰ ਨਹੀਂ ਕੁਛ ਪੁੱਛੇਗਾ, ਕਿਉਂਕਿ ਤੁਸੀਂ ਆਪਣੀ ਲਾਇਬਿਲਟੀ ਪੇ ਕਰ ਦਿੱਤੀ, ਤੁਸੀਂ ਟੈਕਸ ਬੰਦਾ ਦੇ ਦਿੱਤਾ, ਉਹਨਾਂ ਦੀ ਕੋਈ ਲਾਇਬਿਲਟੀ ਤੁਹਾਡੇ ਸਿਰ 'ਤੇ ਨਹੀਂ ਹੈ। ਗਿਰੇ, ਅਗਰ ਗੱਲ ਕਰਦੇ ਹਾਂ ਆਪਾਂ ਆਧਾਰ ਕਾਰਡ ਦੀ, ਜਿਹੜੀ ਇੰਪੋਰਟੈਂਸ ਆ ਉਹਦੀ ਗੱਲ ਕਰ ਰਹੇ ਸੀ, ਸੁਪਰੀਮ ਕੋਰਟ ਨੇ ਵੀ ਕਿਹਾ ਕਿ ਬਹੁਤ ਜਗ੍ਹਾ ਦੇ ਉੱਤੇ ਜਿਹੜਾ ਆਧਾਰ ਕਾਰਡ ਦੀ ਜ਼ਰੂਰਤ ਨਹੀਂ ਹੈਗੀ, ਕੰਪਲਸਰੀ ਨਹੀਂ ਹੈਗਾ। ਅਗਰ ਆਪਾਂ ਇਨਕਮ ਟੈਕਸ ਰਿਟਰਨ ਦੀ ਗੱਲ ਕਰੀਏ ਕਿ ਇਹਦੇ ਵਿੱਚ ਕਿੰਨੀ ਕੁ ਜ਼ਰੂਰਤ ਆ ਉਹਦੀ, ਅਗਰ ਮੈਂ ਕਹਿੰਦਾ ਕਿ ਮੈਂ ਆਧਾਰ ਕਾਰਡ ਲਿੰਕ ਨਹੀਂ ਕਰਨਾ ਚਾਹੁੰਦਾ ਆਪਣੀ ਇਨਕਮ ਟੈਕਸ, ਇੱਦਾਂ ਦੀ ਕੋਈ ਪੋਸੀਬਿਲਟੀ ਹੈਗੀ ਆ? ਦੇਖੋ, ਇਸ ਤਰ੍ਹਾਂ ਆ, ਜਿੱਥੇ ਵੀ ਆਪਾਂ ਕੋਈ ਫੈਸਿਲਿਟੀਜ਼ ਲੈਣੀ ਹੈ ਨਾ, ਉੱਥੇ ਆਧਾਰ ਕਾਰਡ ਕੰਪਲਸਰੀ ਹੈ ਲਿੰਕ ਕਰਨਾ। ਔਰ ਇਨਕਮ ਟੈਕਸ ਡਿਪਾਰਟਮੈਂਟ ਨੇ ਸਾਨੂੰ 31 ਮਾਰਚ 2019 ਤੱਕ ਦਾ ਟਾਈਮ ਦਿੱਤਾ ਆ ਆਧਾਰ ਕਾਰਡ ਔਰ ਪੈਨ ਕਾਰਡ ਨੂੰ ਲਿੰਕ ਕਰਨ ਦਾ। ਜਿਹਦਾ ਆਧਾਰ ਕਾਰਡ ਪੈਨ ਕਾਰਡ ਨਾਲ ਨਹੀਂ ਲਿੰਕ ਹੋਏਗਾ ਉਹਦੀ ਰਿਟਰਨ ਨਹੀਂ ਪ੍ਰੋਸੈਸ ਹੋਏਗੀ, ਔਰ ਜਦ ਤੱਕ ਰਿਟਰਨ ਪ੍ਰੋਸੈਸ ਨਹੀਂ ਹੋਏਗੀ ਉਹਨੂੰ ਕੋਈ ਰਿਫੰਡ ਨਹੀਂ ਆਏਗਾ ਜਾਂ ਉਹ ਆਪਣੀ ਰਿਟਰਨ ਜਿਹੜੀ ਆ ਵੈਲਿਡ ਨਹੀਂ ਹੋਏਗੀ। ਸੋ ਇਸ ਕਰਕੇ ਕੰਪਲਸਰੀ ਹੈ ਕਿ ਤੁਸੀਂ ਆਪਣੀ CA ਕੋਲ ਜਾਂ ਲੀਗਲ ਐਡਵਾਈਜ਼ਰ ਕੋਲ ਜਾਂ ਟੈਕਸ ਐਕਸਪਰਟਸ TRP ਹੈ ਉਹਨਾਂ ਕੋਲ ਜਾਓ, ਆਪਣਾ ਆਧਾਰ ਕਾਰਡ ਪੈਨ ਕਾਰਡ ਲਿੰਕ ਕਰਵਾਓ। ਇਟ ਇਜ਼ ਵੈਰੀ ਈਜ਼ੀ, ਇਟ ਇਜ਼ ਜਸਟ ਅ ਪ੍ਰੋਸੈਸ ਆਫ 1 ਮਿੰਟ। ਮੈਨੂੰ ਲੱਗਦਾ ਕਿ ਆਪਾਂ ਕਾਫੀ ਲੋਕਾਂ ਨੂੰ ਇਨਕਮ ਟੈਕਸ ਦੇ ਬਾਰੇ ਅੱਜ ਜਿਹੜੀ ਆ ਇਹ ਨੌਲੇਜ ਦਿੱਤੀ ਆ, ਅਤੇ ਲੋਕਾਂ ਲਈ ਇਹ ਬਹੁਤ ਬੈਨੀਫਿਟ ਵੀ ਹੋਏਗਾ ਇਹਨਾਂ ਚੀਜ਼ਾਂ ਦਾ। ਅਗਰ ਵਾਰ ਵਾਰ ਵੀ ਇਹਨੂੰ ਤੁਸੀਂ ਦੇਖ ਸਕਦੇ, ਯੂਟਿਊਬ 'ਤੇ ਵੀ ਇਹ ਸਾਰਾ ਪ੍ਰੋਗਰਾਮ ਹੋਏਗਾ ਅਤੇ ਲੋਕ ਇਹਦੇ 'ਤੇ ਨੌਲੇਜ ਲੈ ਸਕਦੇ ਆ। ਅਤੇ ਮੈਨੂੰ ਲੱਗਦਾ ਸਮਾਂ ਸਾਨੂੰ ਅੱਜ ਹੋਰ ਇਜਾਜ਼ਤ ਨਹੀਂ ਦਿੰਦਾ, ਅਤੇ ਆਪਾਂ ਨੈਕਸਟ ਜਿਹੜਾ ਪ੍ਰੋਗਰਾਮ ਲੈ ਕੇ ਇਹਨਾਂ ਨੂੰ ਨੈਕਸਟ ਵੀਕ ਵਿੱਚ ਜਿਹੜਾ ਇਸੇ ਟਾਈਮ ਜਿਹੜਾ ਸਾਡੇ ਆਪਣੇ ਚੈਨਲ 'ਤੇ ਮਿਲਾਂਗੇ। ਮੈਂ ਆਪਣੇ ਦਰਸ਼ਕਾਂ ਨੂੰ ਇੱਥੇ ਇਹ ਦੱਸਣਾ ਚਾਹੁੰਦਾ ਕਿ ਅਗਲੀ ਵਾਰ ਜਿਹੜਾ ਆ ਅਸੀਂ NRIs ਦੇ ਬਹੁਤ ਸਾਰੇ ਇਸ਼ੂ ਆ, ਬਹੁਤ ਸਾਰੇ ਟੌਪਿਕਸ ਦੇ ਉੱਤੇ ਸਾਨੂੰ ਟੈਕਸ ਨਾਲ ਰਿਲੇਟਡ NRIs ਦੇ ਇਸ਼ੂ ਆ ਉਹ ਸਾਨੂੰ ਟੱਚ ਕਰਦੇ ਆ, ਅਤੇ ਇਸ ਅਗਲੀ ਵਾਰ ਅਸੀਂ NRI ਔਰ ਜਿਹੜੇ ਸੈਲਰੀ ਪਰਸਨ ਜਿਹੜੇ ਹੈਗੀਆਂ ਪਰਸਨੈਲਿਟੀਜ਼ ਹੈਗੀਆਂ ਉਹਨਾਂ ਦੇ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਜਿਹੜਾ ਅਗਲੀ ਵਾਰੀ ਟੈਕਸ ਦਾ ਆ ਉਹ ਲੈ ਕੇ ਆ ਰਹੇ ਹਾਂ, ਅਤੇ ਉਹਨਾਂ ਨੂੰ ਉਹਦੇ ਵਿੱਚੋਂ ਕਾਫੀ ਚੀਜ਼ਾਂ ਜਿਹੜੀਆਂ ਉਹਨਾਂ ਦੇ ਮਨਾਂ ਦੇ ਜਿਹੜੇ ਸਵਾਲ ਆ ਉਹ ਮਿਲਣਗੇ। ਲੇਕਿਨ ਜੇ ਫਿਰ ਵੀ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਟੈਕਸ ਨਾਲ ਰਿਲੇਟਡ ਕੋਈ ਵੀ ਕੁਐਸਚਨ ਹੋਵੇ ਤਾਂ ਤੁਸੀਂ ਇੱਕ ਨੰਬਰ ਨੋਟ ਕਰ ਲਓ, ਵਟਸਐਪ ਤੁਸੀਂ ਇਸ ਨੰਬਰ ਦੇ ਉੱਤੇ ਕਰ ਸਕਦੇ ਹੋ, 9872374963 ਨੰਬਰ। ਮੈਂ ਦੁਬਾਰਾ ਬੋਲ ਦਿੰਦਾ ਜੀ, ਵੈਸੇ ਸਾਡੀ ਸਕਰੀਨ ਦੇ ਨੀਚੇ ਜਿਹੜਾ ਡਿਸਪਲੇ ਹੋ ਰਿਹਾ ਨੰਬਰ, ਉਸ ਦੇ ਉੱਤੇ ਤੁਸੀਂ ਜਿਹੜਾ ਸਾਨੂੰ ਆਪਣੇ ਵਟਸਐਪ ਕਰ ਸਕਦੇ ਹੋ ਆਪਣੀ ਕੋਈ ਵੀ ਸਮੱਸਿਆ ਹੋਵੇ, ਕੋਈ ਵੀ ਤੁਸੀਂ ਕਿਸੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ, ਕੋਈ ਨੋਟਿਸ ਬਾਰੇ ਹੋਵੇ ਤੁਹਾਨੂੰ ਕੋਈ ਆਇਆ ਹੋਵੇ ਜਾਂ ਕੁਛ ਹੋਵੇ, ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ, ਤੁਸੀਂ ਇਸ ਨੰਬਰ ਦੇ ਉੱਤੇ ਸਾਡੀ ਹੈਲਪਲਾਈਨ ਨੰਬਰ ਆ ਹੈ ਇਹਦੇ 'ਤੇ ਕਰਕੇ ਤੁਸੀਂ ਆਪਣੀ ਇਨਫੋਰਮੇਸ਼ਨ ਜਿਹੜੀ ਆ ਉਹ ਲੈ ਸਕਦੇ। ਨੰਬਰ ਮੈਂ ਇੱਕ ਵਾਰ ਫੇਰ ਬੋਲ ਦਿੰਦਾ, 9872374963
ਅਤੇ ਅਗਲੀ ਹਫ਼ਤੇ ਇਸੇ ਦਿਨ ਇਸੇ ਟਾਈਮ ਜਿਹੜਾ ਆ ਤੁਹਾਨੂੰ ਦੁਬਾਰਾ ਅਸੀਂ ਤੁਹਾਡੀਆਂ ਜਿਹੜੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ ਮੁਕੇਸ਼ ਜੀ ਤੁਹਾਡਾ ਸਾਡੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਆਉਣ ਦੇ ਔਰ ਸਾਡੇ ਦਰਸ਼ਕਾਂ ਦੀ ਜਿਹੜੀ ਆ ਨੌਲੇਜ ਦੇਣ ਦੇ ਲਈ ਔਰ ਜਿਹੜੇ ਉਹਨਾਂ ਦੇ ਮਨਾਂ ਦੇ ਸਵਾਲ ਆ ਉਹਨਾਂ ਨੂੰ ਹੱਲ ਕਰਨ ਦੇ ਲਈ। ਥੈਂਕ ਯੂ ਸਰ, ਥੈਂਕ ਯੂ। ਆਪਾਂ ਜ਼ਰੂਰ ਅਗਲੀ ਵਾਰ ਵੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਜਿਹੜੀ ਪ੍ਰੋਬਲਮਸ ਆ ਉਹ ਸੋਲਵ ਹੋਣ ਔਰ ਇਨਕਮ ਟੈਕਸ ਦਾ ਜੋ ਇੱਕ ਡਰ ਹੈ ਤੁਹਾਡੇ ਮਨਾਂ 'ਚ ਉਹ ਆਪਾਂ ਦੂਰ ਕਰ ਸਕੀਏ। ਥੈਂਕ ਯੂ ਸਰ।